ਆ ਚੀਜ਼ ਤੋਂ ਪਤਾ ਲੱਗਦਾ ਕਿ ਗੱਡੀ ਬੁਲਟ ਪ੍ਰੂਫ ਹੈ। ਇਧਰ ਆ ਜਾ ਗੱਡੀ ਫੜਾ ਜੀ, ਇਧਰ ਆ ਜਾ। ਟੈਂਕ ਜੇ ਉਹ ਲੱਗਦਾ ਕਿ ਆਵੇ ਵਧੀਆ ਬੰਦਾ ਆ ਜਾਓ। ਕਿੱਥੇ ਰਹਿ ਗਏ ਜੀ? ਨਵੀਂ ਥਰ ਦਾ ਡਾਈਵਰ ਦਾ ਪਾ ਕੇ ਵੇ ਨੇ ਇੱਕ ਇੱਕ ਬਰਡ ਵਾਲੇ ਆ ਨਹੀਂ ਬਹਿ ਗਏ। एजेंसी लग मॉर्निंग मित्रों, सत श्री अकाल सारयां नूं। भी मौसम घेंट हो गया जी, अज बदल हो गए जी, मठे मठे दो तीन दिन तो बाली गर्मी पई रहने जाए जी। हैं गड्डिया तक गर्म हो गई बंदे की चीज़ है। साढ़े ड्राइवर जी सूई चौकी एजेंसी ले फ्री है, वो कहते भाजी गर्मी बड़ी पैन दी, एक दो सज्जन साढ़े हो रही उन्हों गड्डिया सूई तो एजेंसी वाले कहें भाजी तो पानी पुनी मराओ रेडिएटर से नहीं गल कोई, पर फिर भी सू जाना ही पैना। अज कंटेंसर भी साफ होना क्योंकि गड्डी चल चल गई 1,30,000-40,000 के लागे बने, रेडिएटर भी साफ करवाना पैना। वह कारण की गया वा कद्दू कुद्दू जी वाड़ दें रेडिएटर के मिट्टी मुट्टी फसी होनी करके चेक करा लाँगे। करा आ मित्रों फॉर्चूनर जी है ना, ये बुलट प्रूफ से तू खाऊँ अज दिन वेला जाके। ये अपनी राणी है, वह भी अपनी राणी एक वो लगी बार कुछ अंदर लगिया होनी है। आप सैर शुरू कर रही है गुरिश्ता उठ पे है, अज लेट हो गए उठन के बेच ना, राती लेट चल गई। मैं घेर जी मार के सौ गया, मैं हाँ कोई नहीं नहीं भरावा कुछ नहीं लेना मेरा भरा। ओ बस बस बुत कोई नहीं है, सत श्रीकाल जी। नहीं नहीं वीरे ओके जी, बई कोई आया कुर्सियां बेचने वाला साढ़े तो अगे समान रोलता फिर घटे मिट्टी ना वो की बनता मेरा पैंथरू कि मेरी मिट्टी राती मामा कहते भजा फिर कुत्ते मगर आए हाए पाबले 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 कि पुत कल जी कि कर देना पछा जी ना पुत हाँ इधर इधर है मारते हैं कितने ना फड़ ले अंतरा बढ़ाइए। लै भी कुर्सियां की लैनी अगे हाँ बे मने मेरा पुत कुर्सी चढ़ के सौंदा, यह सौन का कारण की है जूठा दो वेखी उन्हें ठा देना वेखी 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 उधर वे उन्हें चपेट वट ली हो पाबले पाबले देखो जी प्यार ना कर सारे कुर्सियां ना लैन का कारण की कुर्सियां अगे हड्डक बड़िया बई है सिर सिर कुर्सियां लो नहीं मैं भाई साढ़े तो की बन दिया तेरे डोनिया कितने डोन थान ही नहीं घर बन दिया जो घर बन जो फिर लियावे समान यह जहाँ सारा नहीं नहीं सियाने ताई तो पिया बार। गुड मॉर्निंग माता थोड़ा पाले करो भरा है पंगे लेंदा चुंड पंगे ले चुंड पंगे ना चुंड पंगे ना लै देना वेला गुरी वेला की करता सरपंच है बाहर नहीं जाना इधर सर तो अगे बैठा वा इधर 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 इधर
ਤੇਰੇ ਨਾਲ ਦਾ ਬੈਠਾ ਹੁੰਦਾ ਚੁੱਪ ਕਰਕੇ ਯਾਰ ਮੈਂ ਤਰ ਬਹਿ ਦੇ ਚੁੱਪ ਬਹਿ ਮੇਰਾ ਪੁੱਤ ਸਿਆਣਾ ਬਣਾ ਕੇ ਚੰਗਾ ਹੋ ਲਾਦਾ ਆ ਰਾਤੀ ਹੰਡੀ ਕੁਰਸੀ ਕੁਰਸੀ ਲੜਦੇ ਰਾਤੀ ਇੱਧਰ ਗੁਰੀ ਵੀਰ ਇੱਧਰ ਇੱਧਰ ਕਪਾਤਾ ਹੋਇਆ ਕੁਰਸੀ ਦਾ ਰਾਤ ਮੈਂ ਸੁਣਿਆ ਰਾਤ ਦਾ ਬਹੁਤ ਜ਼ਿਆਦਾ ਕਪਾਤਾ ਹੋਇਆ ਤੇ ਵੇਖਦਾ ਟੇਢੀਆਂ ਮੇਢੀਆਂ ਹੋਈਆਂ ਇੱਕ ਵੀ ਸਿੱਧੀ ਨਹੀਂ ਹੋ ਗਈ ਇੱਕ ਵੀ ਸਿੱਧੀ ਨਹੀਂ ਹੋ ਗਈ ਇੱਧਰ ਬਹੁਤ ਲੜਾਈ ਹੋਈ ਜ਼ੋਰਦਾਰ ਲੜਾਈ ਹੋਈ ਮਿੱਤਰਾਂ ਦੇ ਵਿੱਚ ਰਾਤੇ ਸਾਰੇ ਕਿੱਥਾਂ ਪਾਤੇ ਕਿੱਥਾਂ ਪਾਤੇ ਵਿੱਚ ਤਾਂ ਫੜ ਲੈਂਦੇ ਵਿੱਚ ਪਾਤੇ ਸਾਰੇ ਥੱਲੇ ਬਾਜੀ ਗਰੀਦ ਥੱਲੇ ਬਾਜੋ ਇੱਥੇ ਬਹੁਤ ਇੱਥੇ ਉਹ ਸਾਈਡ 'ਚ ਤੇ ਫਿਰ ਓ ਵਾਹਿਗੁਰੂ ਜੀ ਅੱਜ ਇੱਕ ਤਰੇਲੀ ਵੀ ਥੱਲੇ ਬਹਿੰਦਾ ਸਵਾਲ ਆਉਣਾ ਵੱਖਰਾ ਕਹਿੰਦਾ ਮੈਂ ਗੱਡੀਆਂ ਖਾ ਖੂ ਕੇ ਬਾਜੇ ਮੰਜੇ ਲੱਭਦੀਆਂ ਵਾ ਆਹ ਪਿਆ ਸਾਨ ਜੱਟ ਉਧਰੇ ਵੇ ਉਹ ਤਾਂ ਰੱਬ ਵੱਲ ਵੇਖੀ ਜਾਂਦਾ ਕਿ ਰੱਬਾ ਥੋੜ੍ਹਾ ਖਾ ਲੈਣਾ ਸੀ ਹੁਣ ਢਿੱਡ ਜ਼ਿਆਦਾ ਭਰ ਗਿਆ ਤੁਹਾਨੂੰ ਮੈਂ ਕੀ ਕਰਾਂ ਮਿਲ ਰਿਹਾ ਗੁਰੀਸਤਾ ਦੇ ਇੱਕ ਇੱਦਾਂ ਟ੍ਰੇਨਿੰਗ ਸੈਂਟਰ 'ਤੇ ਮੈਂ ਸ਼ੇਕ ਜਿਹਾ ਬਣਾਇਆ ਮੈਂ ਕਿਸੇ ਨੂੰ ਦਿੱਤਾ ਹੀ ਨਾ ਇਕੱਲਾ ਹੀ ਪੀ ਗਿਆ ਕੱਲ੍ਹ ਸਾਡੇ ਨਾਲ ਵੀ ਆਈ ਮੈਂ ਤਾਂ ਮਹਾਂ ਵੀਰ 5 ਵਜੇ ਉੱਠੇ ਹਾਂ ਮੈਂ ਜਲਦੀ ਬਣਾ ਲਏ ਬੜਾ ਖਾ ਲਿਆ ਇਹ ਲਾਲਚ ਹੋ ਜਾਂਦਾ ਮੈਂ ਤੈਨੂੰ ਕਿਸੇ ਵੇਲੇ ਦੁੱਧ ਠੀਕ ਹੈ ਮਾਤਾ ਹਾਂ ਅੱਜ ਉਹ ਬਲੇ ਤਾਈ ਨਾਲੇ ਹਰਮਨ ਲੈ ਆਉਂਦਾ ਨਾਲ ਮੈਂ ਇਹ ਚਾਬੀ ਮਹਾਂਵੀਰ ਰੋਟਾਵੀਟਰ ਲਾ ਹੀ ਬਾਊ ਲਾ ਕੇ ਤੇ ਅਸੀਂ ਫਿਰ ਗੱਡੀ ਛੱਡ ਕੇ ਨਾ ਇੱਥੇ ਏਜੰਸੀ ਤੁਹਾਨੂੰ ਜੋ ਤੁਰਨ ਲੱਗਾ ਫੋਨ ਕਰਦਾ ਗਾ ਦਿਓ ਫਿਰ ਵੀ ਸੱਜਣਾ ਚਲੀਏ ਕੰਮ ਆਉਂਦੇ ਕਰਨ ਵਾਲੇ ਅੱਜ ਵੀ ਚਲ ਆਉਂਦੇ ਆ ਗਿਆ ਤੁਹਾਨੂੰ ਗੱਡੀ ਲੱਗ ਜਾਣੀ ਏਜੰਸੀ ਚੱਲੀ ਹੋਣੀ ਚੱਲੀ ਗੱਡੀ ਨਹੀਂ ਚੱਲ ਗਈ ਘਰ ਦੀ ਗੱਡੀ ਚੱਲੀ ਆਪਾਂ ਛੇਤੀ ਆ ਜਾ ਕੇ ਜਿੰਮ ਲਾਵਾਂਗੇ ਮੈਨੂੰ ਦੱਸ ਦਿੰਦਾ ਮੈਂ ਇੱਥੇ ਉੱਥੇ ਰਹਿੰਦਾ ਡਾਇਰੈਕਟਰ ਮੈਂ ਨਾ ਕਮੈਂਟ ਪੜ੍ਹਨ ਡਿਆ ਹਰਮਨ ਤਿਆਰ ਹੋਣ ਡਿਆ ਇਹਦੇ ਬਾਈਆਂ ਦੇ ਕਾਫੀ ਕਮੈਂਟ ਆਏ ਕਹਿੰਦੇ ਬਾਈ ਸਹੀ ਟਾਈਮ ਕਿਹੜਾ ਵਲੋਗ ਅਪਲੋਡ ਕਰਨ ਦਾ ਜਾਣ ਮੇਰੀ ਸਹੀ ਟਾਈਮ ਆਪਣਾ ਕੋਈ ਵੀ ਨਹੀਂ ਤੁਹਾਨੂੰ ਸਹੀ ਗੱਲ ਦੱਸਾਂਗਾ ਵੀ ਵਲੋਗ ਹੁੰਦੇ ਬਾਹਲੇ ਵੱਡੇ ਉਹਦੇ ਚੱਕਰ ਦੇ ਵਿੱਚ ਕਈ ਵਾਰ ਅਪਲੋਡ ਨਹੀਂ ਹੁੰਦਾ ਜਦੋਂ ਮਰਜ਼ੀ ਪਾ ਦੀਦਾ ਸਵੇਰੇ ਪਾ ਤਾ ਸ਼ਾਮੀ ਪਾ ਤਾ ਪਹਿਲਾਂ ਸ਼ਾਮੀ ਟਾਈਮਿੰਗ ਹੋ ਗਈ ਫਿਰ ਸ਼ਾਮੀ ਅਪਲੋਡ ਨਾ ਕੀਤਾ ਗਿਆ ਫਿਰ ਸਵੇਰ ਦੀ ਹੋ ਗਈ ਤਾਂ ਕਰਕੇ ਕਹਿੰਦਾ ਨਾ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਅਤੇ ਬੈੱਲ ਆਈਕਨ ਨੂੰ ਔਨ ਰੱਖੋ ਜਦੋਂ ਵੀ ਵਲੋਗ ਆ ਜੇ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜੇ ਠੀਕ ਹੈ ਚਲੀਏ ਯਾਰ ਲੀਟਰ ਮਿੱਠੀ ਆ ਨਾ ਪੀਏ ਕਰੀਏ ਮਿੱਠੀ ਲੱਸੀ ਬਸ ਜ਼ਿਆਦਾ ਲਹਿਰ ਚੋਂ ਜਾਈਦਾ ਫਿਰ ਵੀਰ ਭਰਾ ਪੁੱਛਦੇ ਕੀ ਖਾਂਦੇ ਇੰਨਾ ਬੋਲਦੇ ਜੇ ਖਾਂਦੇ ਹੀ ਰਹੀਦਾ ਵੀਰ ਜੀ ਖਾਂਦੇ ਹੀ ਰਹੀਦਾ ਅਤੇ ਹੈ ਛੱਡੀਦਾ ਹੀ ਖੂਨੀ ਆ ਗੁਰੂ ਨੇ ਚਲ ਗਏ ਕਹਿੰਦੇ ਆ ਜਾਂਦੇ ਮੈਂ ਜਾਓ ਫਿਰ ਤੁਸੀਂ ਆ ਗਏ ਪਿੱਛੇ ਚੱਲ ਕਰਾਈ ਲੈ ਵੀ ਹਾਂ ਨੱਪਦਾ ਕਿਲੀ ਲੈ ਵੀ ਆਪਾਂ ਨਾ ਦੂਜੇ ਦਿਨ ਦੱਸੋ ਇੱਕ ਬੂਟੇ ਆਪਾਂ ਹੋਰ ਵੇਖੇ ਮੈਂ ਆਪਾਂ ਉਹ ਲਾਉਣੇ ਆ ਕਿ ਜਿਹੜੇ ਜ਼ਿਆਦਾ ਉੱਚੇ ਨਾ ਜਾਵੇ ਅਤੇ ਫੁੱਲ ਫੁੱਲ ਜਿਹੇ ਦਿਨ ਲੱਗੀ ਰਿਹਾ ਕਰ ਸੁਣੇ ਪਰਾਂ ਰੱਖ ਮੜੀ ਆ ਸਾਲੀ ਪਰਾਂ 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 ਉਹ ਲੈ ਕੇ ਆਵਾਂਗੇ ਆਪਾਂ ਤੇਲ ਤੇਲ ਤੇ ਗੱਡੀ ਪੀਂਦੀ ਹੈ ਬਾਬੇ ਦਾ ਕਹਿਣਾ ਨਹੀਂ ਆਹ ਤਾਂ ਫਿਰ ਵੀ ਬਚਾਅ ਕਰ ਦਿੰਦੀ ਆਪਣਾ ਵਿਚਾਰੀ ਦੂਜੀਆਂ ਨਹੀਂ ਕਰਦੀਆਂ ਦੂਜੀ ਕੋਈ ਵੀ ਨਹੀਂ ਕਰਦੀ ਆਪਣੀ ਮਾਰ ਰੱਖਦੇ ਗੱਡੀ ਕੱਢ ਕੇ ਉਹ ਅਗਲੇ ਪਾਸੇ ਦੁਬੁਰਜੀ ਤੱਕ ਜਾਮ ਸੀ ਅਸੀਂ ਫਿਰ ਮਹਿੰਦੀ ਕੱਢ ਕੇ ਨਾ ਇੱਥੋਂ ਮਹਿੰਦੀ ਪਾ ਕੇ ਥੱਲੇ ਜਾਵੇ ਇੱਥੇ ਹੈਗਾ ਥਾਂ ਯਾਰ ਅਸੀਂ ਉਹ ਰਾਜਦੀ ਕੇ ਪਿੰਡ ਸਾਡੀ ਫਿਰ ਜਾ ਕੇ ਦੁਬੁਰਜੀ ਚੜ੍ਹੇ ਅਤੇ ਦੁਬੁਰਜੀ ਫਿਰ ਜਾਮ ਲੱਗਾ ਨਾਲਾ ਸਰ ਇੱਥੋਂ ਜਾਮ ਸ਼ੁਰੂ ਹੋਇਆ
100 ਮੀਟਰ ਹੀ 15 ਮਿੰਟ ਜਾਈ ਮੈਂ ਸਰਪੰਚਾਂ ਦੇ ਬੁਰੇ ਹਾਲ ਗਰਮੀ ਬੜੀ ਅੱਦਨ ਏਸੀ ਕੰਮ ਨਾ ਕਰੇ ਗਰੂਆ ਮੇਰਾ ਪਿੰਡ ਵੀ ਉੱਥੇ ਆ ਮੈਂ ਵੀ ਉੱਥੇ ਆ ਹੁਣ ਜਿਹੜਾ ਨਹੀਂ ਆਉਂਦਾ ਤੇ ਮੈਂ ਉਹਨੂੰ ਹੁਣ ਤਰਲੇ ਥੋੜੀ ਮਾਰਨੇ ਕਿ ਬਈ ਮੇਰੇ ਕੋਲ ਪਿੰਡ ਆਓ ਅਗਲੇ ਪਹਿਲਾਂ ਵੀ ਆਉਂਦੇ ਸੀ ਹੁਣ ਨਹੀਂ ਆਉਂਦੇ ਉਹਨਾਂ ਦੇ ਮਨ 'ਚ ਕੋਈ ਗੱਲ ਹੋ ਸਕਦੀ ਆ ਪਰ ਜੇ ਹੈਗੀ ਆ ਮੈਨੂੰ ਦੱਸ ਵੀ ਸਕਦੇ ਤੇਰੇ ਨਾਲ ਗੁੱਸੇ ਨਾਰਾਜ਼ਗੀ ਪਰ ਮੇਰੇ ਵੱਲੋਂ ਕਿਸੇ ਨੇ ਗੁੱਸੇ ਨਾਰਾਜ਼ਗੀ ਹੈ ਨਹੀਂ ਹੈ ਨਾ ਹੁਣ ਤੁਸੀਂ ਕਈ ਬੰਦੇ ਨੇ ਕਹਿੰਦੇ ਬਾਈ ਉਹ ਬੰਦਾ ਨਹੀਂ ਪਿੰਡ ਆਉਂਦਾ ਉਹ ਬੰਦਾ ਨਹੀਂ ਪਿੰਡ ਆਉਂਦਾ ਹੈ ਨਾ ਪਿੰਡ ਵੀ ਉੱਥੇ ਆ ਢਿੱਲ ਵੀ ਉੱਥੇ ਆ ਹੈ ਨਾ ਉਹ ਆਉਂਦੇ ਨਹੀਂ ਆਉਂਦੇ ਉਹਨਾਂ ਦੀ ਮਰਜ਼ੀ ਭਰਾ ਹੈ ਨਾ ਅਸੀਂ ਤਾਂ ਭਰਾਵਾ ਆਪਣਾ ਫੰਕਸ਼ਨ ਕਰਦੇ ਰਹੀਦਾ ਵਾ ਪਰ ਸਾਡੇ ਮਨ 'ਚ ਇਹਦੇ ਲਈ ਮੈਂ ਗੱਲ ਕਦੀ ਸੋਚਦਾ ਨਹੀਂ ਹੁੰਦਾ ਮੈਂ ਪੋਜ਼ਿਟਿਵ ਸੋਚਦਾ ਹੁੰਦਾ ਕਿ ਹੋ ਸਕਦਾ ਅਗਲੇ ਨੂੰ ਕੰਮ ਕਰ ਹੋਣਾ ਕਿਉਂਕਿ ਹਰ ਇੱਕ ਬੰਦਾ ਆਪਣੇ ਨਾਲ 100 ਜੇ 100 ਬੰਦਾ ਆਪਣੇ ਕੋਲ ਪਿੰਡ ਆਉਂਦਾ ਨਾ 100 'ਚੋਂ 60 ਬੰਦੇ ਮਤਲਬ ਨੂੰ ਆਉਂਦੇ ਆ ਇਹ ਸਾਨੂੰ ਵੀ ਇਹ ਗੱਲ ਦਾ ਪਤਾ ਅਤੇ ਜਦੋਂ ਜਿਹੜਾ ਬੰਦਾ ਮਤਲਬ ਨੂੰ ਆਉਂਦਾ ਜਦੋਂ ਉਹਦਾ ਮਤਲਬ ਨਿਕਲ ਜਾਂਦਾ ਨਾ ਉਹ ਤੋਂ ਬਾਅਦ ਉਹ ਬੰਦੇ ਉਹਨੂੰ ਹਟ ਜਾਂਦੇ ਆ ਜਾਂ ਮਤਲਬ ਨਾ ਨਿਕਲੇ ਕਿ ਜਦੋਂ ਲੱਗੇ ਯਾਰ ਥੋੜ੍ਹਾ ਸੂਤਰ ਨਹੀਂ ਆਉਣ ਡਿਆ ਚੀਜ਼ ਦਾ ਉਹ ਫਿਰ ਬੰਦੇ ਆਪਣੇ ਤੋਂ ਪਛਾਣ ਜਾਂਦੇ ਆ ਆਪਾਂ ਇਹ ਗੱਲ ਕਿਸੇ ਦਾ ਨਾਮ ਨਹੀਂ ਲੈ ਸਕਦੇ ਕਿਉਂਕਿ ਇੱਕ ਬੰਦਾ ਥੋੜ੍ਹੀ ਆਉਂਦਾ ਆ ਹਜ਼ਾਰਾਂ ਬੰਦੇ ਆਪਣੇ ਕੋਲ ਆਉਂਦੇ ਰਹੇ ਜਾਂਦੇ ਰਹੇ ਆ ਅਤੇ ਨਾਲ ਉਹ ਹੀ ਰਹਿ ਜਾਂਦੇ ਆ ਜਿਹਨਾਂ ਨੂੰ ਆਪਣੇ ਦਾ ਕੋਈ ਮਤਲਬ ਨਹੀਂ ਹੁੰਦਾ ਹੈ ਨਾ ਹੁਣ ਅਸੀਂ ਸਾਡੇ ਰੋਜ਼ ਹੀ ਮਹਿਫਲ ਲੱਗ ਜਾਂਦੀ ਘਰੇ ਮੇਰੇ ਹਿਸਾਬ ਨਾਲ ਦੂਜੇ ਦੂਜੇ ਦਿਨ ਲੱਗ ਹੀ ਜਾਂਦੀ ਹੈ ਨਾ ਮਤਲਬ ਕਿ ਸਾਨੂੰ ਕੋਈ ਕੰਮ ਨਹੀਂ ਹੁੰਦਾ ਉੱਦਾਂ ਹੀ ਕੋਈ ਵੀਰ ਲੰਘਣ ਡਿਆ ਉਹਨੇ ਫੋਨ ਕਰਤਾ ਉਹ ਆ ਗਿਆ ਕਿਉਂਕਿ ਘਰ ਵੰਡਿਆ ਮੇਰੇ ਕੋਲ ਨਿਕਲਿਆ ਜਾਂਦਾ ਨਹੀਂ ਆ ਤਾਂ ਕਰਕੇ ਸਾਡੇ ਤਾਂ ਮਹਿਫਲ ਲੱਗੀ ਰਹਿੰਦੀ ਆ ਜਿਹੜੇ ਨਹੀਂ ਆਉਂਦੇ ਹੁਣ ਆਪਾਂ ਨੂੰ ਉਹਨੂੰ ਤਰਲੇ ਤਾਂ ਮਾਰਨੀ ਬਾਈ ਪਿੰਡ ਆਓ ਹੈ ਨਾ ਪਹਿਲਾਂ ਵੀ ਆਉਂਦੇ ਸੀ ਐਂਡ ਤਾਂ ਮਤਲਬ ਕਿ ਮੁੱਕਦੀ ਗੱਲ ਆ ਮੈਂ ਤਾਂ ਵੈਸੇ ਪੋਜ਼ਿਟਿਵ ਸੋਚਦਾ ਜੇ ਆਪਾਂ ਥੋੜ੍ਹਾ ਜਿਹਾ ਹੋਰ ਤਰੀਕੇ ਨਾਲ ਸੋਚੀਏ ਹੋ ਸਕਦਾ ਕਿ ਉਹਨਾਂ ਨੂੰ ਹੁਣ ਆਪਣੇ ਤਾਂ ਕੋਈ ਕੰਮ ਨਾ ਰਹਿ ਗਿਆ ਵੀ ਕੋਈ ਮਤਲਬ ਨਾ ਹੋਵੇ ਤਾਂ ਕਰਕੇ ਆਪਣਾ ਜਿਲ ਚੱਲੀ ਜਾਣਾ ਕਿਉਂ ਭਾਈ ਸਹੀ ਹੈ ਨਾ ਫੂਡ ਏਜੰਸੀ ਪਹੁੰਚ ਕੇ ਇਹਦੇ ਫੂਡ ਏਜੰਸੀ ਲੱਗਣ ਹੀ ਡੇਗੇ ਪਾਸੇ ਉੱਪਰਲੇ ਪਾਸੇ ਵੀ ਉੱਧਰ ਵੀ ਉੱਥੋਂ ਉੱਥੋਂ ਕਢਾਈ ਖੜੀ ਉੱਥੇ ਖਲੋ ਕੇ ਫੋਟੋ ਕਰਾਈ ਮੇਰੀ ਇਹਨਾਂ ਨੇ ਹੈ ਪੋਸਟਰ ਵੀ ਲੱਸ ਜਾਣੇ ਆ ਅਤੇ ਹੋਰ ਕੀ ਆ ਪਰ ਅਸੀਂ ਗੱਡੀ ਨਹੀਂ ਵੇਚਣੀ ਪਾਊ ਹੈ ਇਹਨੂੰ ਰੱਖਾਂਗੇ ਸਾਂਭ ਸਾਂਭ ਕੇ ਹੈ ਨਾ ਜਿਹੜੀ ਚੀਜ਼ ਆਉਂਦੀ ਹੁੰਦੀ ਨਾ ਘੱਟ ਹੋਵੇ ਉਹ ਜ਼ਿਆਦਾ ਸੋਹਣੀ ਲੱਗਦੀ ਹੁੰਦੀ ਆ ਜਿੱਦਾਂ ਹੁਣ ਕਰੂਜ਼ ਗੱਡੀਆਂ ਦੀ ਬੰਦ ਹੋ ਗਈ ਕਰੂਜ਼ ਗੱਡੀਆਂ ਗੱਡੀਆਂ ਸੋਹਣੀਆਂ ਲੱਗਦੀਆਂ ਜਦੋਂ ਬਣਾਈ ਬਣਾਈ ਹੋਵੇ ਹੈ ਨਾ ਬਾਕੀ ਮੋਡੀਫਾਈਕੇਸ਼ਨ ਕਰਾਉਣ 'ਤੇ ਆ ਬਾਕੀ ਇਹ ਵੀ ਚੀਜ਼ ਹੈ ਨਾ ਕਿ ਸਮਾਨ ਸਮੂਨ ਮਿਲੀ ਜਾਂਦਾ ਵਾ ਮਤਲਬ ਕਿ ਚੀਜ਼ਾਂ ਚੀਜ਼ਾਂ ਦੇ ਦਿੰਦੇ ਏਜੰਸੀ ਵਾਲੇ ਇਹ ਚੀਜ਼ ਦਾ ਫਾਇਦਾ ਚੱਲਾ ਚੱਲੀ ਉਸਤਾਦ ਰਾਣੀ ਹਵਾਲੇ ਕਰਦੀ ਆਪਾਂ ਇਹਨਾਂ ਦੇ ਕੰਮ ਨਿਕਲ ਕੰਮ ਨਿਕਲ ਕਿੰਨਾ ਨਿਕਲਾ ਆ ਉਹ ਜਿਹੜੇ ਬੋਨਟ ਵਾਲੇ ਹੋਏ ਨੀ ਲੀਕ ਕੀ ਪ੍ਰੈਸ਼ਰ ਵਾਲੇ ਉਹ ਵੀ ਮੈਂ ਕਹਿਤਾ ਤੇ ਇੱਕ ਜਿਹੜੀ ਸਾਹ ਵਾਲੀ ਪੈਪ ਸੀ ਉਹ ਪੈਪ ਨਾ ਉੱਥੋਂ ਚੰਡੀਗੜ੍ਹੋਂ ਪਈ ਸੀ ਤੇ ਪੈਪ ਉਹ ਪਈ ਥੋੜ੍ਹੀ ਜਿਹੀ ਮਤਲਬ ਕਿ ਜਿਹੜੀ 22 ਮਾਡਲ 21 ਮਾਡਲ ਗੱਡੀ ਦੀ ਉਹਦੀ ਪੈਪ ਲੰਮੀ ਹੈ ਥੋੜ੍ਹੀ ਛੋਟੀ ਆਉਂਦੀ ਇਹਦੀ ਤੇ ਮੈਂ ਉਹ ਵੀ ਮੰਗਵਾ ਦਿਓ ਤੇ ਕਹਿੰਦੇ ਸਮਾਨ ਦਾ ਕੋਈ ਚੱਕਰ ਨਹੀਂ ਜਲੰਧਰ ਦਾ ਨਾ ਸਟੋਰ ਆ ਸਮਾਨ ਵਾਲਾ ਤੇ ਉੱਥੋਂ ਕੋਈ ਚੀਜ਼ ਕਹਿੰਦੇ ਆਪਾਂ ਨੂੰ ਮਤਲਬ ਕਿ ਉੱਥੋਂ ਮਿਲ ਜਾਂਦੀ ਆ ਤੇ ਸਮਾਨ ਵੱਲੋਂ ਕੋਈ ਚੱਕਰ ਨਹੀਂ ਬਾਕੀ ਯਾਰ ਆਪਾਂ ਨੂੰ ਕਦੇ ਜਿਵੇਂ ਆਖੀਏ ਨਾ ਆਪਾਂ ਨੂੰ ਆਪਣੇ ਨਾਲ ਕਦੀ ਖਰਾਬ ਨਹੀਂ ਕੀਤਾ ਮੈਂ ਹੁਣ ਤੱਕ ਜਿੰਨਾ ਕੰਮ ਕਰਾਇਆ ਨਾ ਗੱਡੀ ਦਾ ਡਰਾਈਵਰ ਦਾ ਜਲੰਧਰ ਇੱਕ ਦਿਨ ਉੱਥੋਂ ਫੜ ਲਿਆਵਾਂਗੇ ਕਿਉਂਕਿ ਆਪਣੇ ਵੱਲੋਂ ਕਦੀ ਨਹੀਂ ਇੱਦਾਂ ਦਾ ਚੀਜ਼ ਹੋਈ ਕਿ ਹਾਂ ਵੀ ਹੁਣ ਤੱਕ ਕੰਮ ਹੀ ਸਾਰਾ ਏਜੰਸੀਓਂ ਕਰਾਇਆ ਆਪਾਂ ਉੱਥੋਂ ਲੰਘ ਲੈਂਦੇ ਹਾਂ ਚੱਲ ਵੀ ਰਾਣੀਏ ਮਿਲਦੇ ਹਾਂ ਤੈਨੂੰ ਸਵੇਰੇ ਮੈਂ ਸ਼ੀਸ਼ੇ ਕਾਲੇ ਦੂਰਦਾਰ ਨਾਲ ਖੜੇ ਗੱਡੀ ਮੈਂ ਤੁਹਾਨੂੰ ਡੱਕ ਕੇ ਬੈਠੇ ਰਹਿਣਾ ਵਰਕਸ਼ਾਪ ਪਿਛਲੇ ਪਾਸੇ ਲੈ ਗਏ ਨਾ ਹੁਣੇ ਉਹ ਪਾ ਉਹ ਕੱਢੋ ਹੋਈ ਹੈ ਹੈ ਆਵਾ ਕੱਢੋ ਦਾਨੀ ਸੱਜਣਾ ਆਪਾਂ ਸੇਵਾ ਪਾਇਆ ਕਰਨਗੇ ਨਾ ਜਿਹੜੀਆਂ ਆਪਾਂ ਘੇਟਾਂ ਲਾਉਣੀਆਂ ਪੱਥਰ ਲਾਉਣਾ ਵਾ ਕਿਸੇ ਵੀ ਤਰ੍ਹਾਂ ਦਾ ਲੈ ਸਕਦੇ ਕਿਸੇ ਵੀ ਤਰ੍ਹਾਂ ਦਾ ਜਾਣਦੇ ਸਾਰੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਭਾਵੇਂ ਖਬਰਾਂ ਕਿਸੇ ਯਾਰ ਦਾ ਵਿਜਾ ਆ ਗਿਆ ਯਾਰ ਨੇ ਯਾਰ ਨੂੰ ਆਉਂਦੇ ਮਾਰਤਾ ਜੋ ਮੈਂ ਖਬਰ ਪੜ੍ਹੀ ਹੋਣਾ ਕਿ ਕਿੱਦਾਂ ਟਾਈਮ ਆ ਗਿਆ ਵਾ ਅਤੇ ਪਰ ਆਉਂਦੇ ਹੁੰਦੇ ਨਾ ਕਿ ਯਾਰ ਵੀ ਇਹੋ ਚਾਹੀਦੇ ਜਿਹਨਾਂ ਤੁਹਾਨੂੰ ਅੱਖਾਂ ਬੰਦ ਕਰਕੇ ਯਕੀਨ ਹੋਵੇ ਜਿਹਨਾਂ ਦਾ ਤੁਹਾਨੂੰ ਯਕੀਨ ਨਹੀਂ ਉਹਨਾਂ ਨਾਲ ਬਹੁ ਹੀ ਨਾ ਯਾਰ ਛੱਡ ਦਿਓ ਗੁੱਸੇ ਹੁੰਦੇ ਹੋਣ ਦਿਓ
ਹੁਣ ਮੇਰੇ ਕੋਲ ਮੇਰੇ ਕਿੰਨੇ ਯਾਰ ਦੋਸਤ ਆਉਂਦੇ ਅਸੀਂ ਬਹਿੰਦੇ ਖਲੋਂਦੇ ਸਾਨੂੰ ਇੱਕ ਦੂਜੇ 'ਤੇ ਇੰਨਾ ਕੁ ਜ਼ਿਆਦਾ ਯਕੀਨ ਹੈ ਨਾ ਕਿ ਸਾਨੂੰ ਪਤਾ ਕਿ ਯਾਰ ਸਾਡੇ ਤਾਂ ਕੱਲ੍ਹ ਵੀ ਮੈਂ ਗੱਲ ਕੀਤੀ ਵੀ ਸਾਡੇ ਫੋਨ ਵੀ ਖੁੱਲ੍ਹੇ ਪਏ ਹੁਣ ਅਤੇ ਦੂਜਾ ਬੰਦਾ ਫੋਨ ਫੜ ਵੀ ਲਊ ਤਾਂ ਵੀ ਯਕੀਨ ਕਹਿੰਦੇ ਹੈ 'ਚ ਕੋਈ ਫੁੱਦੂ ਹਰਕਤ ਨਹੀਂ ਕਰਨੀ ਅਤੇ ਜਿਹੜੇ ਇੱਦਾਂ ਦੇ ਹਰਕਤਾਂ ਵਾਲੇ ਉਹਨਾਂ ਨੂੰ ਅਸੀਂ ਲੱਗ ਹੀ ਵੀ ਨਹੀਂ ਪਾਉਂਦੇ ਹੁਣ ਹੈ ਨਾ ਤੁਸੀਂ ਕਹਿ ਦਿੰਦੇ ਤੁਹਾਡਾ ਉਹ ਯਾਰ ਨਹੀਂ ਆਉਂਦਾ ਉਹ ਨਹੀਂ ਆਉਂਦਾ ਉਹ ਨਹੀਂ ਆਉਂਦੇ ਤਾਂ ਭਰਾਵਾ ਚੰਗੇ ਆ ਹੈ ਨਾ ਜਿਹੜੇ ਆਉਂਦੇ ਆ ਅਸੀਂ ਉਹਨਾਂ ਨਾਲ ਹੀ ਖੁਸ਼ ਹਾਂ ਜਿਹੜੇ ਨਹੀਂ ਆਉਂਦੇ ਉਹਨਾਂ ਨੇ ਕੋਈ ਨਾ ਕੋਈ ਫੁੱਦੂ ਹਰਕਤ ਕੀਤੀ ਤਾਂ ਹੀ ਨਹੀਂ ਆਉਂਦੇ ਇੱਦਾਂ ਨੁਕਸਾਨ ਕਰਾਉਣ ਨੂੰ ਬੰਦਾ ਚੰਗਾ ਕਿ ਭਰਾਵਾ ਘੱਟ ਯਾਰ ਬਣਾ ਲਏ ਪਰ ਬਣਾਵੇਂ ਉਹ ਜਿਹਨਾਂ ਦੇ ਬੰਦ ਮਾਣ ਆਪਾਂ ਨੂੰ ਅਤੇ ਮੇਰੇ ਜਿੰਨੇ ਵੀ ਯਾਰ ਆ ਨਾ ਯਾਰ ਭਾਵੇਂ ਆਉਂਦੇ ਨਹੀਂ ਆਉਂਦੇ ਉਹਨਾਂ ਨੇ ਵੀ ਮੇਰੇ ਨਾਲ ਅੱਜ ਵੀ ਉਹਨਾਂ ਨੂੰ ਫੋਨ ਕਰਾਂ ਨਾ ਕਿ ਚੰਗੇ ਟਾਈਮ 'ਚ ਭਾਵੇਂ ਮੈਂ ਇਹਨੂੰ ਕਹਾਂ ਨਾ ਕਿ ਹਾਂ ਵੀ ਪਾਰਟੀ ਕਰਨੀ ਆ ਜਾਓ ਉਹ ਨਾ ਆਉਣਗੇ ਜੇ ਮੈਂ ਅੱਜ ਵੀ ਉਹਨਾਂ ਨੂੰ ਫੋਨ ਕਰਾਂ ਨਾ ਯਾਰ ਕੰਮ ਪੈ ਗਿਆ ਆਜੋ ਇੱਦਾਂ ਇੰਨਾ ਕੁ ਮਾਣ ਆ ਕਿਉਂਕਿ ਸਾਡੇ ਅੱਜ ਤੱਕ ਯਾਰ ਕਿਸੇ ਨੇ ਆਪਣੀ ਵਿਗੜੀ ਨਹੀਂ ਹਰਮਨ ਕਿੰਨੇ ਬੰਦੇ ਲੋਕ ਕਹਿ ਦਿੰਦੇ ਤੁਹਾਡੀ ਉਹਦੇ ਨਾਲ ਨਹੀਂ ਬਣਦੀ ਤੁਹਾਡੀ ਇਹਦੇ ਨਾਲ ਬਣਦੀ ਸਾਡੀ ਸਾਰਿਆਂ ਨਾਲ ਬਣਦੀ ਆ ਇਹ ਤੁਸੀਂ ਆ ਕਈ ਵਾਰ ਚਵਾਤੀਆਂ ਲਾ ਦਿੰਦੇ ਨਾ ਆਪਾਂ ਨੋਰਮਲ ਸੀਟਸ ਨਹੀਂ ਪਾਉਂਦੇ ਹੁੰਦੇ ਥੱਲੇ ਨਾਲ ਇਸ ਦਿਨ ਕਿਹਨੂੰ ਪਾਇਆ ਪੈਨਸ਼ਨ ਕਰੀ ਜਾਣਗੇ ਨੋ ਬਾਕੀ ਆਹ ਖਬਰ ਪੜ੍ਹ ਕੇ ਤਾਂ ਫਿਰ ਗੁਰੂ ਬੜਾ ਦੁੱਖ ਜਾਇਆ ਕਿ ਵੇਲਾ ਹੀ ਕੈਨੇਡਾ ਜਾਣ ਦੀ ਖਿੱਚ 'ਚ ਯਾਰ ਨੂੰ ਮਾਰਤਾ ਉਹ ਨਹੀਂ ਜਾਣਾ ਕੱਲ੍ਹ ਯੁੱਗ ਜਵਾਨ ਹੋ ਗਿਆ ਜੇ ਤੁਸੀਂ ਆਪਣਾ ਧਿਆਨ ਰੱਖਿਆ ਕਰੋ ਹੁਣ ਕਈ ਨੇ ਪੁੱਛਿਆ ਕੱਲ੍ਹ ਯੁੱਗ ਜਵਾਨ ਹੁੰਦਾ ਮਤਲਬ ਕੀ ਆ ਜਦੋਂ ਮੈਂ ਨਿੱਕਾ ਹੁੰਦਾ ਸੀ ਨਾ ਮੇਰੇ ਦਾਦੇ ਮੈਨੂੰ ਇੱਕ ਵਾਰ ਗੱਲ ਕਹੀ ਸੀ ਕਹਿੰਦਾ ਕਿ ਪੁੱਤ ਉਹ ਕਿਉਂਕਿ ਉਹ ਗੁਰੂ ਮਾਰਨਾ ਬਹੁਤ ਜ਼ਿਆਦਾ ਜੁੜਿਆ ਸੀ ਉਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਕੱਲ੍ਹ ਯੁੱਗ ਜਦੋਂ ਜਵਾਨ ਹੋ ਗਿਆ ਤੂੰ ਇਹੋ ਜਿਹਾ ਟਾਈਮ ਆਉਣਾ ਵਾ ਕਿ ਤੁਸੀਂ ਰੁੱਖਾਂ ਚੜ੍ਹਨਾ ਕੁੜੀਆਂ ਥੱਲੇ ਖਲੋ ਖਲੋ ਬਾਜਾਂ ਮਾਰਨੀਆਂ ਕਿ ਆ ਜਾਓ ਮਿਲੀਏ ਹੈ ਨਾ ਉਹ ਮੈਂ ਉਹ ਵਰਡਿੰਗ ਯੂਜ਼ ਨਹੀਂ ਕਰਨਾ ਚਾਹੁੰਦਾ ਅਤੇ ਉਹ ਟਾਈਮ ਨੇੜੇ ਹੀ ਆ ਬਾਹਲੀ ਦੂਰ ਨਹੀਂ ਹੈ ਨੇੜੇ ਹੀ ਆ ਅਤੇ ਕੱਲ੍ਹ ਯੁੱਗ ਜਵਾਨ ਹੁੰਦਾ ਮਤਲਬ ਹੈ ਕਿ 20 ਸਦੀ ਚੱਲਣ ਡਈ ਆ ਵੀਹਵੀਂ ਸਦੀ ਹੈ ਇੱਕਵੀਂ ਲੱਗੀ ਆ ਵੀਹਵੀਂ ਚੱਲਣ ਹਾਂ ਇੱਕੀਵੀਂ ਚੱਲਣ ਡੀ ਇੱਦਾਂ ਵੀਹਵੀਂ ਇੱਕੀਵੀਂ ਆ ਆਪਾਂ ਜਦੋਂ ਮਤਲਬ ਨਿੱਕੇ ਹੁੰਦੇ ਹਾਂ ਆਪਾਂ ਆਪਣਾ ਉਮਰ ਇੱਕ ਸਾਲ ਤੋਂ ਸ਼ੁਰੂ ਹੁੰਦੀ ਨਾ ਜਦੋਂ ਆਪਾਂ ਬੰਦਾ 19-20 ਸਾਲਾਂ ਦਾ ਬੰਦਾ ਤੁਹਾਨੂੰ ਪੂਰਾ ਜਵਾਨ ਹੋ ਜਾਂਦਾ ਅਤੇ ਕੱਲ੍ਹ ਯੁੱਗ ਨੂੰ ਜਵਾਨ ਹੋ ਗਿਆ ਤਾਂ ਆਪਣੇ ਦੇ ਭਾਰੀ ਆਪਾਂ ਗੁਰਦੁਆਰਾ ਜਾਂਦੇ ਆਪਣਾ ਉੱਥੇ ਮਨ ਨਹੀਂ ਲੱਗਦਾ ਹੁਣ ਕਈ ਵੀਰਾਂ ਭਰਾਵਾਂ ਦੇ ਮੈਸੇਜ ਆਉਂਦੇ ਬਾਈ ਗੁਰਦੁਆਰਾ ਸਾਹਿਬ ਪਾਠ ਕਰਦੇ ਹਾਂ ਧਿਆਨ ਹੋਰ ਕੇ ਪਾਸੇ ਜਾਂਦਾ ਵਾ ਇਹ ਕੱਲ੍ਹ ਯੁੱਗ ਦਾ ਪਹਿਰਾ ਹੁੰਦਾ ਆਪਣੇ 'ਤੇ ਹੈ ਨਾ ਆਪਣੀਆਂ ਚੀਜ਼ਾਂ ਨਵੀਆਂ ਨਵੀਆਂ ਡੂੰਘੀਆਂ ਗੱਲਾਂ ਵਾ ਜਿੱਥੇ ਕਈਆਂ ਨੂੰ ਮੈਂ ਗੱਲਾਂ ਸਮਝਾਉਂਦਾ ਤੁਹਾਨੂੰ ਸਮਝ ਹੀ ਨਹੀਂ ਆਉਣੀਆਂ ਤੁਹਾਨੂੰ ਕੀ ਬੋਲੀ ਜਾਣ ਦਿਆਂ ਪਰ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਬਹਿ ਕੇ ਵੇਖੇ ਤੁਹਾਨੂੰ ਇਹ ਸਾਰੀਆਂ ਗੱਲਾਂ ਤੱਤ ਕਰਕੇ ਤੁਹਾਡੇ ਹੱਥ 'ਚ ਫੜਾ ਦੇਣਗੇ ਜੋ ਕੁਛ ਨੈੱਟ 'ਤੇ ਬਣ ਰਿਹਾ ਅੱਜ ਕੱਲ੍ਹ ਕੀ ਕੁਛ ਬਣ ਰਿਹਾ ਕੀ ਕੁਛ ਹੋਣ ਡਿਆ ਕਿ ਲੋਕਾਂ ਨੂੰ ਸੰਗ ਸ਼ਰਮ ਨਹੀਂ ਰਹਿ ਗਈ ਭੈਣਾਂ ਨਾਲ ਨੱਚ ਨੱਚ ਕੇ ਵੀਡੀਓ ਪਾਈ ਜਾਂਦੇ ਆ ਹੈ ਨਾ ਕਿ ਜਨਾਨੀਆਂ ਨਾਲ ਪਾਈ ਜਾਂਦੇ ਇਹ ਚੀਜ਼ਾਂ ਹੈਗੀਆਂ ਸੀ 5-7 ਸਾਲ ਪਹਿਲਾਂ ਸੋਚ ਕੇ ਵੇਖੋ ਕੁਛ ਵੀ ਨਹੀਂ ਕੁੜੀ ਫੋਟੋ ਪਾਉਣ ਲੱਗਿਆਂ ਡਰਦੀ ਹੁੰਦੀ ਸੀ ਕਿ ਮੈਂ ਫੋਟੋ ਨਹੀਂ ਪਾਉਣੀ ਮੇਰੇ ਭਰਾਵਾਂ ਨੇ ਮੈਨੂੰ ਗੁੱਸੇ ਹੋਣਾ ਅੱਜ ਕੱਲ੍ਹ ਇਕੱਠੇ ਨੱਚ ਕੇ ਰੀਲ ਬਣਾ ਲੈਂਦੇ ਆ ਕਦ ਲਈ ਵਿਊ ਆ ਜਾਣ ਲੋਕਾਂ ਨੂੰ ਵਿਖਾਉਣ ਵਾਸਤੇ ਪਹਿਲਾਂ ਚੀਜ਼ ਹੈਗੀ ਸੀ ਇਹ ਜ਼ਮੀਰ ਮਰੇ ਵਾਲੀਆਂ ਗੱਲਾਂ ਹੁੰਦੀਆਂ ਇਹ ਕਦੇ ਬਹਿ ਕੇ ਸੋਚ ਕੇ ਵੇਖਿਓ ਇਹ ਬੇੜਾ ਗਰਕ ਹੋਣ ਡਿਆ ਆਪਣਾ ਹੋਰ ਕੋਈ ਗੱਲ ਨਹੀਂ ਤੇ ਨਹੀਂ ਹੁਣ ਮੈਡਮ ਲੱਗ ਗਿਆ ਨਾ ਕੁੜੀ ਲੱਗ ਗਿਆ ਨਾ ਕੰਨ ਪੱਕ ਜਾਣੇ ਕਹਿੰਦਾ ਕੁਝ ਅੱਜ ਕੱਲ੍ਹ ਤਾਂ ਭੈਣ 17-18 ਸਾਲ ਦੀ ਜੋੜੀਆਂ ਜੀ ਬਣਾ ਕੇ ਰੀਲਾਂ ਪਾਉਣੀ ਸ਼ੁਰੂ ਕਰ ਦਿੰਦੇ ਆ ਅਤੇ ਜੇ ਰੀਲਾਂ ਚੱਲ ਪੈਣ ਤਾਂ ਫਿਰ ਵਿਆਹ ਹੋ ਜਾਂਦੇ ਆ ਜੇ ਰੀਲਾਂ ਨਹੀਂ ਚੱਲਦੀਆਂ ਤਾਂ ਫਿਰ ਪਛਾਹ ਹੋ ਜਾਂਦੇ ਆ ਫਿਰ ਹੋਰ ਵੇਖ ਲੈਂਦੇ ਜਿਹਦੇ ਨਾਲ ਲਾਈਕ ਵੀ ਜ਼ਿਆਦਾ ਆਉਂਦੇ ਉੱਧਰ ਕੁੰਡੀ ਸੈੱਟ ਕਰਦੇ ਆ ਮਤਲਬ ਦੀ ਦੁਨੀਆ ਮਤਲਬ ਨੂੰ ਯਾਰੀ ਲੱਗਦੀ ਮਤਲਬ ਨੂੰ ਆਪਣੇ ਰਿਲੇਸ਼ਨ ਬਣਦੇ ਆ ਅਤੇ ਜਿਹੜੀ ਚੀਜ਼ ਮਤਲਬ ਨੂੰ ਆਪਾਂ ਸ਼ੁਰੂ ਕੀਤੀ ਹੋਵੇ ਜਦੋਂ ਮਤਲਬ ਨਿਕਲ ਗਿਆ ਉਹ ਟੁੱਟਣੀ ਨਹੀਂ ਟੁੱਟਣੀ ਭਾਵੇਂ ਉਹ ਰਿਲੇਸ਼ਨ ਆ ਭਾਵੇਂ ਉਹ ਯਾਰੀ ਆ ਅਤੇ ਭਾਵੇਂ ਆ ਕਿਸੇ ਨੇ ਵਿਆਹ ਕਰਾਇਆ ਮਤਲਬ ਨੂੰ ਜਦੋਂ ਆਪਣਾ ਮਤਲਬ ਨਿਕਲ ਗਿਆ ਆਪਣੇ ਵਿਆਹ ਤੋਂ ਪੈਰ ਪਛਾਉਣ ਡਿਆ ਪੈਂਦੇ ਆ ਕਿ ਚੱਲ ਯਾਰ ਹੁਣ ਆਪਣਾ ਆਹ ਕੰਮ ਹੋ ਗਿਆ ਦਫਾ ਕਰ ਪਰਾ ਇਹ ਤੋਂ ਆਪਾਂ ਕੀ ਲੈਣਾ ਆਹ ਚੀਜ਼ ਆ ਇਹ ਜ਼ਮੀਰ ਮਰੇ ਵਾਲੀਆਂ ਗੱਲਾਂ ਵਾ ਕਹਿ ਨਹੀਂ ਸਕਦਾ ਬੜਾ ਕੁਛ ਕਹਿ ਨਾ ਜਿੱਦਣ ਕਿਤੇ ਇੰਟਰਵਿਊ ਆ ਪੋਡਕਾਸਟ ਵਾਲਾ ਕੰਮ ਕਰਨਾ ਸੀ ਉਦੋਂ ਵੀ ਪੋਡਕਾਸਟ ਵਾਲਾ ਕੰਮ ਤਾਂ ਰਹਿ ਗਿਆ ਕਿਉਂਕਿ ਵੀਰ ਘਰੇ ਇੰਨੇ ਕੁ ਜ਼ਿਆਦਾ ਮਿਲਣ ਆਈ ਗਏ ਸਾਡੇ ਕੋਲ ਕੰਮ ਕੀਤਾ ਹੀ ਨਹੀਂ ਗਿਆ ਤਾਂ ਹੀ ਹੁਣ ਅਸੀਂ ਐਤਵਾਰ ਦਾ ਪ੍ਰੋਗਰਾਮ ਬਣਾਇਆ ਕਿ ਐਤਵਾਰ ਤੁਸੀਂ ਮਿਲ ਲਓ ਬਾਕੀ ਤਾਂ ਅਸੀਂ ਆਪਣਾ ਕੰਮ ਕਾਰ ਕਰਾਂਗੇ ਐਤਵਾਰ ਤੁਹਾਡੇ ਵਾਸਤੇ ਲੰਗਰ ਦਾ ਪ੍ਰਬੰਧ ਵੀ ਕਰਾਂਗੇ ਠੀਕ ਆ ਪਿੱਛੇ ਰੱਖ ਮੈਂਗੋ ਨਹੀਂ ਪਾਇਆ ਅੱਜ ਮੈਂਗੋ ਆ ਰਿਹਾ ਹੈ ਮੈਂਗੋ ਉਹ ਤੇਰਾ ਭਲਾ ਚੱਕਰ ਪੈ ਲਗਾ ਸੀ ਦੇ ਹੈ ਮੈਂਗੋ ਵੀ ਆ ਗਿਆ ਜੀ ਕੰਮ ਖੱਟੋ ਘੱਟ ਹੋਇਆ ਮੈਂ ਗੁਰੀ ਉਸਤਾਦ ਅੱਜ ਨਾ ਜ਼ਿੰਦਗੀ ਚ ਪਹਿਲੀ ਵਾਰ ਡਰੈਗਨ ਖਾਣ ਲੱਗਾ ਪਹਿਲਾਂ ਖਾਧੇ ਨਹੀਂ ਕਦੇ ਨਾ ਪਹਿਲਾਂ ਮੈਂ ਕਦੋਂ ਖਾਧਾ ਨਹੀਂ ਨਹੀਂ ਆਪਣੇ ਪੈਸੇ ਦਾ ਪਹਿਲੀ ਵਾਰ ਖਾਣ ਲੱਗਾ ਵਿਆਹ ਮੈਂ ਜਦੋਂ ਬਹੁਤ ਕਲੀਨ ਅਪ ਇਹ ਆਪਣੇ ਪੈਸੇ ਦਾ ਪਹਿਲੀ ਵਾਰ ਖਾਣ ਲੱਗੇ ਆਪਣੇ ਪੈਸੇ ਦਾ ਉਹ ਵਿਆਹਾਂ ਦੀ ਗੱਲ ਕਰਦਾ ਉਹ ਫ੍ਰੀ ਵਾਲਾ ਸੀ ਉਹ ਓਨਾ ਸਵਾਦ ਨਹੀਂ ਦਿੰਦਾ ਜੇ ਨਾ ਦੇਣ ਡਿਆ ਉਹਨੂੰ ਇਹ ਤਾਂ ਮੈਂ ਤੁਮਕਾ ਵੀ ਥੱਲੇ ਨਾ ਡਿੱਗਣ ਦਾ ਮੈਂ ਤਾਂ ਅੱਜ ਹੀ ਹੋਏ ਸਾਰੇ ਹੈ ਪੈਸੇ ਕਹਿੰਦੇ ਆਹ ਮੁੱਲ ਹੁੰਦਾ ਜੀ ਫੜ ਬਾਪ
ਜੋ ਮਰਜ਼ੀ ਨਹੀਂ ਜੇ ਗੋਲ ਆ ਨਾ ਮੈਂ ਉਹਦੇ ਖਾਉਂਗਾ ਨਾ ਮੈਂ ਕਰਕੇ ਨਾ ਬੋਲੋ ਕਿਤੇ ਮੂੰਹ ਜਾ ਕੇ ਕਿੰਦਾ ਕਿੰਦਾ ਗੋਲੇ ਮੂੰਹ ਦਾ ਜੋ ਕੇ ਗੋਲ ਹੋਇਆ ਗੋਲ ਆਇਆ ਨਹੀਂ ਮੂੰਹ ਗੋਲ ਹੋ ਰਹਾ ਜੇ ਕਿਤੇ ਗੋਲ ਹੈ ਮੈਂ ਵੀ ਉਹਨੂੰ ਕਹਿੰਦਾ ਮੈਂ ਇਕੱਲੇ ਖਾਣਾ ਨੱਬੇ ਹੀ ਜਲ ਮਿੱਠਾ ਨਿਕਲਿਆ ਜਾਣਾ ਹਾਂ ਉਹਨੇ ਪਹਿਲਾਂ ਕਿਹਾ ਕਹਿੰਦੇ ਬਾਈ ਪਹਿਲਾਂ ਕਹਤਾ ਉਹਨੇ ਤੁਹਾਡੇ ਖਾਣ ਵਾਲਾ ਨਹੀਂ 4 ਰੁਪਏ ਕਰਦੇ ਛਾ ਉਹ ਪਾ ਦੇ ਵਿੱਚ ਦੂਜੀਆਂ ਆ ਪੈਪਾਂ ਜੀਆਂ ਐ ਬੰਦੇ ਸਾਡੇ ਮੁੱਛਾਂ ਦੇ ਵੇੜਦੇ ਫਿਰਨਗੇ ਚਲੀ ਆਪਾਂ ਯਾਰ ਜਿੰਮ ਲਾਈਏ ਜਾ ਕੇ ਗੁਰੂ ਲੇਟ ਬੜਾ ਕੇ ਹੈ ਮੁੱਛਾਂ ਦਾ ਕਹਿੰਦੇ ਨਹੀਂ ਲੱਗਣਾ ਨਹੀਂ ਜਾ ਕੇ ਕਿਉਂ ਜਿੰਨਾ ਖੜਾ ਆਪਾਂ ਬੈਜਾਂ ਘੜੀ ਉਹਨਾਂ ਲਾਉਣ ਦੇਵਾਂਗੇ ਆਪਾਂ ਬੈਜਾਂ ਘੜੀ ਹੋਰ ਕੀ ਆ ਨਾ ਤੈਨੂੰ ਕੀ ਹੈ ਲੱਗਣਾ ਕਿਉਂ ਡਿਆ ਜਾਂ ਪੈਸੇ ਦੇ ਗਿਆ ਪੈਸੇ ਦੇ ਉਹਨੇ ਸਾਲਾ ਖੇਲਦਾ ਨਹੀਂ ਕਿੰਨਾ ਦੇ ਇਸ ਤਰ੍ਹਾਂ ਕਿਉਂ ਸਵਾਲ ਲੱਗਣਾ ਅੱਜ ਤੇਰੇ ਨਾਲ ਵਾਲੀ ਹੋਣੀ ਆ ਇਹ ਆਪਣੇ ਪੈਸੇ ਦਾ ਤਾਂ ਨਹੀਂ ਸਵਾਲ ਲੱਗਣਾ ਅੱਛਾ ਤਾਂ ਹੀ ਡਰਾਗਨ ਨੂੰ ਜਿਆਦਾ ਸਵਾਲ ਲੱਗਣ ਡਿਆ ਸੀ ਲੈ ਮੈਨੂੰ ਨਹੀਂ ਪਤਾ ਸੀ ਅੱਜ ਫਿੱਕਾ ਜਾ ਕਿਉਂ ਆ ਅੱਜ ਨਾ ਗੁਰੀ ਵੀ ਪਤਾ ਕੀ ਹੈ ਇਹਨੂੰ ਮੈਂ ਵੇਖਿਆ ਬੈਠਾ ਮੈਂ ਅੱਜ ਜੂਸ ਪੀਣਾ ਕਹਿੰਦਾ ਕੋਈ ਚੱਕਰ ਨਹੀਂ ਪੈਦਾ ਇਹਨੂੰ ਇਹ ਕਿ ਤਿੰਨ ਬੰਦੇ ਤਿੰਨ ਗਲਾਸ ਪੀ ਲੂਗਾ ਇਹਨੂੰ ਇਹ ਨਹੀਂ ਪਤਾ ਜੂਠਾ ਨਾਲ ਵੀ ਕਰਾਣੇ ਆ ਨਾਲ ਪੈਰ ਕਰਾ ਸਾਲਿਆਂ ਦਾ ਘਰ ਵੀ ਨਾਲ ਕਰਾ ਲਏ ਨਾਲ ਸੱਜਣ ਵਾਲੇ ਪੈਰ ਕਰਾ ਲਏ ਇਹ ਗੁਰਵੀਰ ਆਪਣਾ ਉਹ ਜਿਹੜੀ ਡੈਰੀ ਹੈ ਡੰਦੀ ਸੱਜਣ ਵਾਲੀ ਨਾਲ ਲਿਖਦੇ ਦੋ ਪਲੇਟਾਂ ਦਾ ਕਰਦੇ ਪਹਿਲਾਂ ਇੱਕ ਪੱਥਰ ਤੇ ਦੋਵਾਂ ਦੇ ਕਰਦੇ ਇੱਕ ਵੱਡਾ ਡਸਟਬੀਨ ਲਾ ਸਾਲੇ ਇੱਥੇ ਇਕੱਠਾ ਕਰਕੇ ਲੈ ਕੇ ਮੁੱਕੇ ਸੁੱਟਦਾ ਜਾ ਕੇ ਮੇਰੀ ਗੱਲ ਸੁਣ ਸਵੇਰੇ ਡੈਮ ਫਿਰ ਲੈਣ ਵੀ ਆਉਣਾ ਆਪਾਂ ਇਹਨੇ ਕਿਹੜਾ ਤੇਰੇ ਕੰਮ ਆ ਇਹਨੇ ਸੁਣੇ ਨਾ ਜਦੋਂ ਆਪਾਂ ਘਰੇ ਜਾਣਾ ਨਾ ਇਹਨੇ ਮਿਸਟਰ ਲੱਗੇ ਉਹ ਇੱਟਾਂ ਫੜਾਈ ਜਾਣੀਆਂ ਨਹੀਂ ਨਹੀਂ ਮੈਂ ਅੱਜ ਬੰਦਾ ਘੱਟ ਆਇਆ ਅੱਜ ਮੈਂ ਕੰਮ ਕਰਨਾ ਆਪਣੇ ਮੰਮੀ ਕਹਿੰਦੀ ਇੰਨਾ ਟਾਈਮ ਨਹੀਂ ਹੈਗਾ ਚੱਲ ਬਈ ਚਲੇ ਲਓ ਵੀ ਮੈਂ ਤੋਂ ਇੱਕ ਨਾ ਵੀਰ ਮਿਲਿਆ ਸੀ ਜੂਸ ਪੀਂਦੇ ਆ ਅਸੀਂ ਜੂਸ ਜਦ ਪੀ ਕੇ ਜਦੋਂ ਉੱਠੇ ਬਾਈ ਹੋਣੀ ਆਏ ਧਿਆਨ ਨਾਲ ਪਿੱਛੇ ਗੱਡੀ ਹੌਸਲਾ ਕਰ ਲਾ ਆਪੇ ਲੱਗਿਆ ਸੀ ਪਾਗਲ ਥੋੜ੍ਹੀ ਹਾਂ ਅਸੀਂ ਆਪਣੀ ਗੱਡੀ ਮਰਾਂਗੇ ਅਤੇ ਉਹ ਬਾਈ ਮਿਲੇ ਅਤੇ ਬਾਈ ਕਹਿੰਦੇ ਕਿ ਤੁਸੀਂ ਖਾਣ ਪੀਣ ਡਿਆ ਸੀ ਅਤੇ ਅਸੀਂ ਡਿਸਟਰਬ ਨਹੀਂ ਕੀਤਾ ਮੈਂ ਇਹਨੂੰ ਕਿਹਾ ਮੈਂ ਕਿਹਾ ਵੀਰੇ ਇਹੋ ਹੀ ਨਿਸ਼ਾਨੀਆਂ ਹੁੰਦੀਆਂ ਸਿਆਣਪ ਦੀਆਂ ਮੈਂ ਬੜੇ ਚਿਰ ਦੇ ਵੇਖਣ ਡਿਆ ਮੁੰਡੇ ਕਿਉਂ ਬਾਈਆਂ ਨੇ ਅਤੇ ਉਹ ਚੀਜ਼ ਇਹੋ ਚੀਜ਼ ਹੁੰਦੀ ਉਹ ਸਿਆਣਪ ਹੁੰਦੀ ਹੈ ਵੀਰੇ ਜਦੋਂ ਮੰਨ ਲਓ ਕੋਈ ਖਾਣ ਪੀਣ ਡਿਆ ਨਹੀਂ ਆ ਤੁਸੀਂ ਮੰਨ ਲਓ ਇੱਕ ਦੋ ਮਿੰਟ ਦਾ ਕੋਈ ਫਰਕ ਨਹੀਂ ਪੈਣ ਲੱਗਾ ਚਲੋ ਜੇ ਇੱਕ ਬੰਦਾ ਆ ਕੇ ਮਿਲ ਲਈ ਤਾਂ ਹੀ ਕੋਈ ਫਰਕ ਨਹੀਂ ਪੈਣ ਲੱਗਾ ਪਰ ਇਹਨਾਂ ਦਾ ਕੋਈ ਗੱਲ ਕਰਨ ਡੇ ਨੇ ਕੋਈ ਨਾ ਕੋਈ ਡਿਸਕਸ ਉਸ ਚੀਜ਼ 'ਤੇ ਹੁੰਦਾ ਹੁੰਦਾ ਬਾਈ ਨਾਲ ਸਪੈਸ਼ਲ ਇਹ ਗੱਲ ਕੀ ਮੈਂ ਜਾਣ ਮੇਰੀ ਇਹੋ ਚੀਜ਼ਾਂ ਇਹ ਸਿਆਣਪ ਹੀ ਹੁੰਦੀ ਆ ਕਈ ਵਾਰ ਸਾਡੇ ਘਰੇ ਇਹੋ ਜਿਹੇ ਅਮੀਰ ਆ ਜਾਂਦੇ ਆ ਅਸੀਂ ਅੰਦਰ ਰੋਟੀ ਬਹਿ ਕੇ ਰੋਟੀ ਖਾਣ ਦਿੰਦੇ ਉਹ ਸਿੱਧਾ ਹੀ ਅੰਦਰ ਬੂਹਾ ਫਾੜ ਕਰਦਾ ਖੋਲ ਦਿੰਦੇ ਰੋਟੀ ਖਾਣ ਡੇ ਸੈਂਡਵਿਚ ਖਾਣ ਡੇ ਰੱਬ ਮਾਤਾ ਬਖਸ਼ੇ ਮਿੱਤਰਾ ਜਿੰਮ ਲਾਈ ਜਿੰਮ ਲੇਟ ਹੋ ਗਿਆ ਅੱਜ ਨਾ ਸੱਜਣੋ ਸੱਜਣੋ ਇਹ ਸੱਜਣ ਆ ਜਿੰਮ ਲਾਉਣੀ ਸੱਜਣਾ ਦੇ ਨਾਲ ਹੈ ਤਾਂ ਤੇਰੀ ਟੋਚ ਨਹੀਂ ਪਾਉਣਾ ਆਪਾਂ ਇਹਦਾ ਦੇਖੀ ਜੋ ਚੈੱਕ ਕਰੀ ਇਹਦਾ ਚਲੋ ਬਾਈ ਕਰੋ ਐਂਟਰੀਆਂ ਮੁੰਡੇ ਵਾਲਾ ਇੱਧਰ ਜਿੰਮ ਲਾ ਕੇਲਿਆਂ ਦੁਆਲੇ ਹੋ ਗਏ ਜੇ ਹੈ ਇੱਧਰ ਮੁੜ ਕੇ ਸਾਰੇ ਬੂੰਦ ਲੱਗਾ ਆਪਣੇ ਕਰੋ ਫਿਰ ਕੀ ਹੁੰਦਾ ਵਾ ਨਾ ਤਾਂ ਨਹੀਂ ਗੋਰੀ ਨਹੀਂ ਕਿੱਥੇ ਹੈ ਸਭ ਫੜੇ ਜਾਣ ਬਸ ਆਪਾਂ ਦੋਵੇਂ ਲੱਗੇ ਬਸ ਲੈ ਬਈ ਮਿੱਤਰਾ ਜਿੰਮ ਜਿੰਮ ਲਾ ਲਿਆ ਯਾਰ ਉਹਨਾਂ ਨੇ ਅਤੇ ਮੈਂ ਨਾ ਜਦੋਂ ਟਰੈਡਮਿਲ ਕਰਾਂ ਨਾ ਜਾਂ ਮੈਂ ਸਾਈਕਲਿੰਗ ਕਰਾਂ ਤਾਂ ਮੈਂ ਕਮੈਂਟ ਜ਼ਰੂਰ ਪੜ੍ਹਦਾ ਨਾ ਭਰਾਵਾਂ ਦੇ ਅਤੇ ਅੱਜ ਇੱਕ ਬਾਈ ਦਾ ਕਮੈਂਟ ਆਇਆ ਬੜਾ ਸੋਹਣਾ ਉਹਨੇ ਸਵਾਲ ਪੁੱਛਿਆ ਕਹਿੰਦਾ ਕਿ ਬਾਈ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਤੁਸੀਂ ਇਹ ਗੱਲ ਬੜੀ ਕਹਿੰਦੇ ਆ ਕਿ ਅਸੀਂ ਗੁਰੂ ਮਹਾਰਾਜ ਦੇ ਦਰਸ਼ਨ ਮੇਲੇ ਕਰਨ ਚੱਲੇ ਹਾਂ ਅਤੇ ਉਹ ਬਾਈ ਕਹਿੰਦਾ ਦਰਸ਼ਨ ਦਾ ਤਾਂ ਪਤਾ ਪਰ ਮੇਲੇ ਦਾ ਕੀ ਮਤਲਬ ਆ ਮੇਰੀ ਕਹਿੰਦੇ ਗੁਰੂ ਘਰ ਦੇ ਵਿੱਚ ਇੱਕ ਮੇਲੇ ਵਾਲਾ ਮਾਹੌਲ ਬਣਿਆ ਹੁੰਦਾ ਹੈ ਨਾ ਜਿੱਦਾਂ ਆਪਾਂ ਅਨੰਦਪੁਰ ਸਾਹਿਬ ਮੇਲੇ 'ਤੇ ਜਾਂਦੇ ਹਾਂ ਅਤੇ ਗੁਰੂ ਘਰ ਦੇ ਵਿੱਚ ਤੁਸੀਂ ਵੇਖਿਆ ਕਿੰਨੀ ਸੰਗਤ ਆਉਂਦੀ ਆ ਹੈ ਨਾ ਉਹ ਮੇਲਾ ਉਹ ਚੀਜ਼ ਨੂੰ ਆਪਾਂ ਮੇਲਾ ਵੀ ਕਹਿ ਸਕਦੇ ਹਾਂ ਹੈ ਨਾ ਜਿੱਦਾਂ ਆਪਾਂ ਕਿਤੇ ਵੀ ਗੁਰੂ ਘਰ ਜਾਂਦੇ ਕਿੰਨੀ ਰੌਣਕ ਲੱਗੀ ਹੁੰਦੀ ਆ ਉਸ ਚੀਜ਼ ਨੂੰ ਕਹਿ ਕੇ ਦਰਸ਼ਨ ਮੇਲੇ ਕਰਾਈਏ ਗੁਰੂ ਮਹਾਰਾਜ ਦਰਸ਼ਨ ਕਰਾਈਏ ਨਾਲੇ ਮੇਲਾ ਵੇਖਾਈਏ ਆਹ ਚੀਜ਼ ਹੋ ਜਾਂਦੀ ਆ ਆਪ ਹੀ ਕਹਿਗਾ ਚੱਲੀਏ ਘਰੇ ਹੈ ਨਾ ਕੀ ਲਓ ਲਓ ਵੀ ਮਿੱਤਰੋ ਘਰੇ ਪਹੁੰਚ ਗਏ ਲਓ ਪਹੁੰਚ ਗਏ ਘਰੇ ਪਹੁੰਚ ਗਏ ਪਹੁੰਚ ਗਏ ਵੇ ਪਹੁੰਚ ਗਏ ਠਾ
ਮੈਨੂੰ ਨਹੀਂ ਫਰਕ ਪੈਣਾ ਇਹ ਜੀ ਬੀਜੇ ਹੋਈ ਨਹੀਂ ਉਹ ਬੁਲਟ ਪ੍ਰੂਫ ਆ ਇਹਨੂੰ ਫਰਕ ਨਹੀਂ ਪੈਣਾ ਥੱਲੇ ਵੜ ਜਣੀ ਹੋਈ ਇਹਦਾ ਬੋਨਟ ਇਕੱਠਾ ਜਾਣਾ ਸੀ ਗੋਰੀ ਤੇਰਾ ਨਾਂ ਪਤਾ ਨਾ ਮੈਂ ਦੱਸਦਾ ਬਾਹਰ ਜਾ ਕੇ ਦੱਸ ਹਿੰਦੀ ਬਣਾਓ ਆਂਡੇ ਮੇਰਾ ਆਮਲੇਟ ਬਣਾ ਦੋ ਯਾਰ ਮਾਂ ਵੀ ਆਮਲੇਟ ਬਣਾ ਆਮਲੇਟ ਖਾਣਾ ਮੈਂ ਚਾਹਾਂ ਆਂਡਿਆਂ ਦਾ ਆਂਡੇ ਮੁਰਗੀ ਦੇ ਆਏ ਨਹੀਂ ਇਹਦੇ ਆਂਡੇ ਦਾ ਫਰਕ ਇਹ ਬਾਲ ਨਹੀਂ ਇਹ ਆਮਲੇਟ ਪੰਜਾਂ ਦਾ ਕੀ ਕਰਾਂਗੇ ਦਾ ਜਾਣੇ ਨਹੀਂ ਨਹੀਂ ਇਹ ਤਾਂ ਆਮਲੇਟ ਬਣਾਉਂਦੇ ਆ ਬਾਲ ਦੇ 1 2 3 4 ਇਹ ਗੋਲੀ ਖਾਈ ਕਿਦਾਂ ਦੀ ਜੇ ਬਾਲੀ ਖੱਟੀ ਆ ਆ ਜਿਹੜੇ ਦੋ ਵਿੱਚ ਪਾਏ ਕਿਹੜੇ ਦੂਜੇ ਬਸ ਆ ਗੋਲੀ ਤੋਂ ਬਣ ਕੇ ਆਂਡਾ ਦੇਸੀ ਆ ਉਹ ਭਲੇ ਜਿਹੜੀ ਕੀ ਹਾਲ ਹੈ ਜੱਜੀ ਵੇਲਾ ਆਪਣੇ ਟਾਈਮ ਤੇ ਆ ਗਿਆ ਇਹਨੂੰ ਬਸ ਡਾਈਟ ਬਣਾਉਣੀ ਹੁਣ ਮੈਂ ਆ ਵੇ ਹਰਮਨ ਗੋਲੀ ਦਾ ਫਰਕ ਆ ਆ ਵੇਲਾ ਆ ਪੂਰਾ ਦੇਸੀ ਆਂਡਾ ਹੀ ਤੇ ਆ ਜਿਹੜਾ ਆਪਾਂ ਬਜ਼ਾਰੀ ਲੈਂਦੇ ਆ ਆ ਆਂਡੇ ਕਿੰਨਾ ਪਹਿਲਾਂ ਜਿਹੜਾ ਅਸਲੀ ਆ ਉਹਨਾਂ ਦੀ ਦੇਸੀ ਫਿਰ ਉਦਾਂ ਹੀ ਦੇਸੀ ਰਹੀ ਹੁੰਦੀ ਮੈਨੂੰ ਇੱਕ ਬਾਈ ਦਾ ਕਮੈਂਟ ਆਇਆ ਸੀ ਕਹਿੰਦਾ ਮਾਂ ਮੇਰੀ ਨੀਆਂ ਹੱਲਣਾ ਪੈਂਦਾ ਹੱਲਣਾ ਕੋਈ ਫਰਕ ਨਹੀਂ ਪੈਂਦਾ ਜਾਣ ਮੇਰੀ ਇੱਕ ਅੱਧੀ ਦਾ ਕੋਈ ਚੱਕਰ ਨਹੀਂ ਹੈ ਬਾਕੀ ਨੂੰ ਪੀਣ ਨਹੀਂ ਚਾਹੀਦੀ ਰੁਕਦਾ ਨਹੀਂ ਹੈ ਅਤੇ ਹੁਣ ਕੀ ਕਹਿ ਸਕਦੇ ਹਾਂ ਫਰਕ ਪੈਂਦਾ ਇਸ ਚੀਜ਼ ਦਾ ਜੇ ਬੰਦੇ ਨੇ ਪ੍ਰੋਪਰ ਸਰੀਰ ਬਣਾਉਣਾ ਨਾ ਫਿਰ ਇਸ ਚੀਜ਼ ਦਾ ਫਰਕ ਪੈਂਦਾ ਜਿਹੜੀ ਪ੍ਰੋਪਰ ਡਾਇਟ ਹੁੰਦੀ ਫਿਰ ਬੰਦਾ ਉਹ ਫੋਲੋ ਕਰੇ ਤਾਂ ਛੇਤੀ ਇੰਪਰੂਵਮੈਂਟ ਆ ਜਾਂਦੀ ਹੈ ਨਹੀਂ ਤਾਂ ਫਿਰ ਟਾਈਮ ਲੱਗਦਾ ਲੈ ਵੀ ਡਾਇਟਾਂ ਤਿਆਰ ਜੀ ਹੈਂ ਚੱਲ ਜੀ ਮੋਟੇ ਭਾਅ ਡਾਇਟ ਦੇਖ ਲੈਂਦਾ ਪਿਆ ਸ਼ਾਮੀ ਟੋਜਨ ਪਾਈਏ ਦਾ ਪਰ ਅੱਜ ਆਪਣੇ ਕੋਲ ਡਰਾਈਵਰ ਨਹੀਂ ਹੈਗੀ ਥਾਰ ਨਾ ਪਾ ਦਈਏ ਭੈਣ ਹੈ ਸਰਪੰਚ ਨਵੀਂ ਥਾਰ ਤਾਂ ਡਰਾਈਵਰ ਦਾ ਪਾ ਕੇ ਵੇਨੇ ਖਿੱਚ ਜ਼ੋਰ ਜ਼ਿਆਦਾ ਸ਼ਾਮੀ ਕਰਦੇ ਕੰਮ ਅੱਜ ਆ ਜਿਹੜਾ ਉਹ ਪਹਿਲੀ ਤੋਂ ਪਾਣੀ ਲਾ ਦਈਏ ਬਾਅਦ ਇੱਕ ਫਿਰ ਦੁਬਾਰਾ ਵਾਹ ਕੇ ਫਿਰ ਸੈੱਟ ਕਰਾਂਗੇ ਇਹਨੂੰ ਹਾਂ ਜਾਂ ਕੰਪਿਊਟਰ ਕਹਿ ਰਹੇ ਉਹਨੇ ਕੰਪਿਊਟਰ ਕਰਾਇਆ ਫੇਰ ਕੇ ਫਿਰ ਭਰ ਦਿੰਦੇ ਹੈ ਨਾ ਇੱਦਾਂ ਕਰ ਲਈਏ ਰੋਟੀ ਖਾ ਗਏ ਨਾ ਦੋ ਦੋ ਘੰਟੇ ਸੋਈ ਹੁਣ ਥੱਕ ਬੋ ਗਏ ਅੱਧਾ ਲੈਣਾ ਦੇਸੀ ਦਾ ਰੰਗ ਜਿਹੜਾ ਕਿੱਦਾਂ ਬੜਾ ਫਰਕ ਹੈ ਬੰਦਾ ਲੱਭ ਦੇਸੀ ਵਾਲੇ ਲਿਆ ਗਰੀਬ ਨੂੰ ਦੂਜੇ ਨਹੀਂ ਖਾਣੇ ਤੁਸੀਂ ਲੱਭਦੇ ਹੋ ਲੱਭ ਲੈਂਦੇ ਬੰਦਾ ਕੋਈ ਵੇਖੀ ਕਿੱਦਾਂ ਰਿਜ਼ਲਟ ਮਿਲਦਾ ਸਰੀਰ ਨੂੰ ਵੇਖ ਗੈਂਗ ਸੁੱਤੀ ਪਈ ਆ ਆਪਣੀ ਐਂ ਲੱਖੇ ਕਿਹੜੀ ਕਿੱਦਾਂ ਪਏ ਉੱਧਰ ਇੱਧਰ ਦੋ ਸਾਹ ਉੱਠ ਪਿਆ ਚੱਲ ਗੁਰੀ ਸਟਾਰ ਇੱਦਾਂ ਲੱਗਣਾ ਤਾਂ ਬੜੀ ਰਾਤ ਹੋ ਗਈ ਹੁੰਦੀ ਖੋਲ ਗੂਆ ਇਹਨੂੰ ਦਿਨ ਖਾਈਏ ਬਾਹਰ ਰਾਮ ਮੋਲ ਖਾਈਏ ਬਾਹਰ ਕੀ ਹੈ ਪਰ ਆਪਾਂ ਬੜੀ ਨੀਂਦ ਪੂਰੀ ਕੀਤੀ ਬਾਕੀ ਤਿਆਰ ਹੋਣੀ ਰਹੇ ਖੀਰੇ ਡਾਈਟਿੰਗ ਤਿਆਰ ਹੋਣ ਡੀ ਯਾਰ ਹੈ ਫੋਰਚੂਨਰ ਦਾ ਰਿਵਿਊ ਕਰਨਾ ਆਪਾਂ ਕਿ ਬੁਲਟ ਪ੍ਰੂਫ ਹੋ ਕੇ ਇੱਦਾਂ ਦੀ ਹੋ ਜਾਂਦੀ ਅਸੀਂ ਕੁਝ ਖਾ ਪੀ ਲਈਏ ਮਿੱਤਰੋ ਫਿਰ ਇਹਦੀ ਤੁਹਾਨੂੰ ਨਾਲੇ ਡਰਾਈਵ ਕਰਦੇ ਇਹਨੂੰ ਨਾਲੇ ਤੁਹਾਨੂੰ ਵਿਖਾਉਂਦੇ ਇੱਧਰ ਕੜਕਦਾ ਨਹੀਂ ਸ਼ੀਸ਼ਾ ਕਿੱਦਾਂ ਬੜੀਆਂ ਕਿੰਨੇ ਦੱਸਣ ਡੇ ਰਾਤੀ ਇਹਦੇ ਪਤਾ ਨਹੀਂ ਕਿੰਨੀਆਂ ਗੋਲੀਆਂ ਇੱਕੇ ਥਾਂ 'ਤੇ ਲਗਾਤਾਰ ਵੱਜਣਗੀਆਂ ਨਾ 147 ਦੀਆਂ ਫਿਰ ਜਾ ਕੇ ਸ਼ੀਸ਼ੇ ਵਿੱਚੋਂ ਲੰਘੂਗੀ ਆਪੇ ਮੋਟੇ ਭਾਣੋ ਮੈਂ ਨਾਲ ਲੈ ਲੈਣਾ ਇਹਨੂੰ ਸਾਰੀ ਨੌਲੇਜ ਆ ਕਿੰਨੇ ਪੈਸੇ ਲੱਗੇ ਆ ਅਤੇ ਕਿੰਨੇ ਦਿਨ ਲੱਗੇ ਸੀ ਅਤੇ ਕਿੰਨਾ ਮੋਟਾ ਸ਼ੀਸ਼ਾ ਲੱਗਾ ਅਤੇ ਕਿਹੜੀ ਗੋਲੀ ਆਰ ਪਰ ਹੋ ਸਕਦੀ ਆ ਹੈਂ ਮੋਟੇ ਭਾ ਐਂ ਉੱਧਰ ਮੋਡਲਿੰਗ ਕਰਦੀ ਤਿਆਰ ਮਿਸਤਰੀ ਜਾਣਾ ਹੈ ਲੈ ਉਹ ਦੱਸਣ ਡੇ ਨਹੀਂ ਹੈਗੇ ਜੀ ਹੈਗੇ ਠੀਕ ਹੈ ਭਰਾ ਠੀਕ ਹੈ ਓਕੇ ਇਟਸ ਓਕੇ ਚਾਹ ਸਵਾਦ ਆਉਂਦੀ ਹੁਣ ਦੁੱਧ ਵਾਲਾ ਬੰਦਾ ਆਪਾਂ ਨਵਾਂ ਲੱਭ ਲਿਆ ਠੀਕ ਹੈ ਮਾਂ ਦੁੱਧ ਵਧੀਆ ਨਾ ਹੁਣ ਹੈ ਮਾਂ ਦਾ ਬਸ ਠੀਕ ਹੈ ਤੇਰੇ ਨੂੰ ਮਾਤਾ ਯੈਸ ਚਾਹੀਦੀ ਯੈਸ ਮਾਤਾ ਵੱਲੋਂ ਯੈਸ ਹੈ ਤੇ ਬਸ ਯੈਸ ਆ ਆ ਵੀ ਸਜੀਓ ਵੜ ਗਈਆਂ ਸਜੀਆਂ ਮੇਰੀਆਂ ਰਸੋਈ 'ਚ ਪਏ ਆ ਹੈ ਨੱਪਦੀ ਇਕੱਲੀ ਗੁਰੀਸਤਾਨ ਇਕੱਲਾ ਅਕੇਲਾ ਨਹੀਂ ਮੈਂ ਖਾਂਦਾ ਇੱਕ ਮੇਰਾ ਵੀ ਆਵੇ ਨਾਲ ਹੈ ਆਪ ਲੋ
ਆਹ ਬੜੀ ਗਲਤ ਗੱਲ ਕਿਹੜੇ ਸਾਨੂੰ ਨਹੀਂ ਦੇਣ ਦੇ ਗਏ ਦੇਣ ਦੇਣ ਮੈਂ ਫਰਕ ਹੁੰਦਾ ਹੈ ਭਾਈ ਔਰ ਲੈਣੇ ਮੈਂ ਫਰਕ ਹੁੰਦਾ ਹੈ ਮੁੰਡੇ ਖਾਣਾ ਹੈ ਹਾਂ ਯਾਰ ਸ਼ੂਗਰ ਨੇ ਖਾਣਾ ਪੁੱਛਿਆ ਵਾ ਸ਼ੂਗਰ ਕਹਿ ਤੂੰ ਸ਼ੂਗਰ ਹੈ ਲੈ ਵੀ ਮੈਂ ਤੇਰਾ ਬਹੁਤ ਭਰਾਵਾਂ ਦੇ ਕਮੈਂਟ ਆਉਣ ਦੇ ਹੀ ਕਿ ਘਰ ਤੁਹਾਡਾ ਕਿੰਨਾ ਕੁ ਬਣ ਗਿਆ ਵਾ ਇਹ ਸਾਨੂੰ ਦੱਸ ਦਿਓ ਹਜੇ ਮੇਰੀ ਜਾਣ ਕੁਝ ਵੀ ਨਹੀਂ ਪਤਾ ਲੱਗਣ ਦਿਆ ਮੈਨੂੰ ਵੀ ਹਾਂ ਓਏ ਅਰੇ ਮੁੱਤੀਆਂ ਨਾਲ ਕੁੜੀ ਹੈਗਾ ਹੈ ਧੀ ਨੂੰ ਲੱਕੜ ਨਹੀਂ ਵੇ ਇੱਟਾ ਖਰਾਬ ਕਰੀ ਜਾਂਦਾ ਖਿੱਚ ਜਾਂਦਾ ਸਾਨੂੰ ਖਿੱਚ ਨਹੀਂ ਡਿਆ ਜਿਹੜਾ ਮੈਂ ਤੇਰਾ ਕੰਮ ਅਜੇ ਕਿਤੇ ਨਹੀਂ ਓਨਾ ਹੀ ਕੰਮ ਚੱਲੀ ਜਾਂਦਾ ਅਜੇ ਪਿੱਛੇ ਵਾਲਾ ਕੰਮ ਥੋੜ੍ਹਾ ਜਿਹਾ ਹੋ ਗਿਆ ਵਾ ਪਰ ਸਮਝ ਨਹੀਂ ਆਉਣ ਡੀ ਪਤਾ ਕਿ ਅਸਲ ਦੇ ਵਿੱਚ ਨਾ ਬੰਦੇ ਲੱਭਣ ਨਹੀਂ ਡੇ ਬੰਦੇ ਘੱਟ ਗਏ ਆ ਕੰਮ ਥੋੜ੍ਹਾ ਸਲੋਅ ਹੋ ਗਿਆ ਨਹੀਂ ਪਰ ਫਿਰ ਵੀ ਨਾ ਜਿਹੜੀ ਚੀਜ਼ ਹੁਣ ਹੌਲੀ ਹੌਲੀ ਹੁਣ ਜਿਹੜੀ ਮਾਡਲਿੰਗ ਬਣਨੀ ਆ ਨਾ ਉਹ ਹੌਲੀ ਹੌਲੀ ਬਣਨੀ ਹੁਣ ਬਰੀਕੀ ਵਾਲਾ ਕੰਮ ਸ਼ੁਰੂ ਹੋ ਗਿਆ ਤਾਂ ਕਰਕੇ ਬਾਕੀ ਜਿਹੜੇ ਪੈਪਾਂ ਪੂਪਾਂ ਪੈਣੀ ਸ਼ੁਰੂ ਹੋ ਗਈਆਂ ਬੱਤੀ ਵਾਲੀਆਂ ਉੱਤੇ ਮਾਡਲਿੰਗ ਬਣਨੀ ਸ਼ੁਰੂ ਹੋ ਗਈ ਘਰ ਦੇ ਉਤਲੇ ਪਾਸੇ ਉਹ ਤੁਹਾਨੂੰ ਮੈਂ ਵਿਖਾਉਣਾ ਜਾ ਕੇ ਅਤੇ ਉਹ ਕਿਹੜਾ ਕੰਮ ਸੀ ਗੁਰਿਸ਼ਤਾ ਜਿਹੜਾ ਹੋਣਾ ਛੱਤਾਂ 'ਤੇ ਕੀ ਹੋਣੀ ਡਾਊਨ ਸੀਲਿੰਗ ਡਾਊਨ ਸੀਲਿੰਗ ਹੋਣੀ ਕੀ ਹੋਣਾ ਡਾਊਨ ਸੀਲਿੰਗ ਹੋਣੀ ਆ ਉਹ ਕੰਮ ਸ਼ੁਰੂ ਹੋ ਜੂਗਾ ਦੋ ਚਾਰ ਦਿਨ ਤੱਕ ਅਤੇ ਬਾਕੀ ਜਿਹੜਾ ਉੱਥੇ ਮਿਸਤਰੀ ਭਾ ਆਪਣਾ ਵੱਟ ਕੱਢਦੇ ਪਹਿਲਾਂ ਪੁੱਛਦੇ ਹੀ ਹੈਗੇ ਹੈ ਮਾਡਲਿੰਗ ਵਾਲੇ ਨਾਲ ਧਿਆਨ ਅਜੇ ਆ ਜਾਓ ਬਾਈ ਆ ਬਲਾ ਬਲਾ ਸਤਿ ਸ਼੍ਰੀ ਅਕਾਲ ਕੀ ਹਾਲ ਤੇਰਾ ਲਾਮਾ ਆਇਆ ਮੈਨੂੰ ਤੇਰੀ ਕੋਈ ਚੀਜ਼ ਲੱਭੀ ਮੈਨੂੰ ਤੇਰੀ ਕੋਈ ਚੀਜ਼ ਲੱਭੀ ਆ ਨਾ ਕਰਿਆ ਕਰ ਇੱਦਾਂ ਯਾਰ ਨਸ਼ੇ ਮਾੜੀ ਚੀਜ਼ ਆ ਹੈਂ ਮਿਸਤਰੀ ਬੰਦੇ ਤੇਰੇ ਖਰਾਬੀਆਂ ਕਰਨ ਡੇ ਬੰਦੇ ਤੇਰੇ ਖਰਾਬੀਆਂ ਕਰਨ ਡੇ ਹੈਂ ਉੱਤੇ ਗਰਮੀ ਬੜੀ ਬੰਦਾ ਕਿਤੇ ਅੰਦਰ ਨਾ ਬੋਂਦਰ ਕਿੱਡੇ ਪਏ ਉੱਥੇ ਨਹੀਂ ਨਾ ਇਹ ਚੀਨਾਂ ਨੇ ਇਹ ਚੀਨਾਂ ਕਿੰਨੀਆਂ ਚੜ ਲੋਗੇ ਦੱਸ ਦੇਣੀ ਮਿਸਤਰੀ ਮਾਡਲਿੰਗ ਆ ਵੀ ਬਣਾਉਣ ਲੱਗਾ ਹੁਣ ਇਹ ਪੂਰੀ ਬਣਾ ਦੇਗਾ ਕਿਉਂ ਝੋਂਪੜੀ ਬਾਅਦ ਚੋਂ ਬਣੂਗੀ ਉਹ ਬਾਅਦ ਚੋਂ ਲੈ ਵੀ ਉੱਤੇ ਵਾਲੀ ਉੱਤਲੀ ਹੋ ਗਈ ਪੂਰੀ ਸਾਰੀ ਕਿ ਪਰਲਾ ਪਾਸਾ ਰਹਿ ਗਿਆ ਚੱਲ ਉੱਤੇ ਜਾਂਦੇ ਹੈਗੀ ਪੌੜੀ ਲਾਈ ਇੱਧਰ ਚੱਲ ਆ ਵੀਰ ਆ ਵੀ ਤਿਆਰ ਆ ਇਹਦੇ ਇਹ ਕਿ ਹੁਣ ਆ ਉੱਤੇ ਜਦੋਂ ਕੰਮ ਸ਼ੁਰੂ ਹੋ ਗਿਆ ਹੁਣ ਤੁਹਾਨੂੰ ਖੜਾ ਕਰਤਾ ਸਾਨੂੰ ਇੱਕ ਰਾਮ ਮਿਸਤਰੀਆਂ ਨੇ ਹੁਣ ਹੁਣ ਇਹਦੇ 'ਤੇ ਪੈਸੇ ਅਸਲੀ ਲੱਗਣੇ ਸ਼ੁਰੂ ਹੋਣੇ ਆ ਹੁਣ ਅਜੇ ਇੱਥੋਂ ਆਹ ਦੇੜਨੇ ਆ ਯਾਰ ਕੰਮ ਬੜਾ ਹਜੇ ਤੁਹਾਨੂੰ ਮੈਂ ਤਾਂ ਨਹੀਂ ਹੁਣ ਦੱਸਦਾ ਵਾਰ ਵਾਰ ਇਹ ਹਰ ਇੱਕ ਵੱਲੋਂ ਜੀ ਕੋਈ ਚੀਜ਼ ਆਪਾਂ ਦੱਸਦੇ ਚੰਗੇ ਨਹੀਂ ਲੱਗਦੇ ਜਿੰਨਾ ਕੁ ਹੋਇਆ ਤੁਹਾਨੂੰ ਅੱਜ ਦੱਸਤਾ ਹੁਣ ਦਸਾਂ ਜਿੰਨਾ ਕੁ ਹੋਊਗਾ ਫਿਰ ਤੁਹਾਨੂੰ ਫਿਰ ਦੱਸ ਦਾਂਗੇ ਫਿਰ ਤੁਹਾਨੂੰ ਨਵੀਂ ਅਪਡੇਟ ਦੇ ਦਾਂਗੇ ਇੱਕ ਵਾਰ ਮੈਨੂੰ ਬਹੁਤ ਭਰਾਵਾਂ ਦੇ ਕਮੈਂਟ ਆਉਣ ਡੇ ਕਹਿੰਦੇ ਬਾਈ ਇੱਕ ਨਾ ਵਿਖਾ ਦਿਓ ਮਾੜਾ ਕਿੰਨਾ ਕੰਮ ਹੋ ਗਿਆ ਇੱਧਰ ਵੀ ਮਿੱਤਰੋ ਬਾਥਰੂਮ ਆਉਂਦਾ ਵੀ ਨਾ ਜਿੱਥੇ ਪੈਪਾਂ ਵਿਛਾਈਆਂ ਹੈ ਉੱਥੇ ਉੱਥੇ ਇਹਨਾਂ ਨੇ ਆਹ ਸੀਮਿੰਟ ਭਰਤਾ ਹੈ ਨਾ ਹੌਲੀ ਹੌਲੀ ਕੰਮ ਚੱਲੀ ਜਾਂਦਾ ਬਾਬਾ ਸੁੱਖ ਰੱਖੇ ਬਾਈ ਨੂੰ ਮੈਂ ਕਮੈਂਟ ਪੜਨ ਡਿਆ ਹੁਣ ਕਹਿੰਦਾ ਬਾਈ ਤੂੰ ਇੱਕ ਬਲੋਗ 'ਚ ਗੱਲ ਕੀਤੀ ਘਰ ਢਾਤ ਲਿਆ ਪਾਉਣਾ ਕਿੱਥੋਂ ਕਹਿੰਦਾ ਵੇਲਾ ਰੱਬ ਦੀ ਮਿਹਰ ਨਾਲ ਪਈ ਜਾਣ ਡਿਆ ਹਾਂ ਸੱਚੀ ਜਾਣ ਮੇਰੀਏ ਰੱਬ ਦੀ ਮਿਹਰ ਦੇ ਨਾਲ ਇਸ ਕੰਮ ਸਿਰੇ ਚੜ੍ਹਦਾ ਜਾਣ ਡਿਆ ਹੈ ਤੁਹਾਡੀਆਂ ਦੁਆਵਾਂ ਅਤੇ ਉਹ ਮਾਲਕ ਦੀ ਮਿਹਰ ਅਤੇ ਅਸੀਂ ਆਪਣੀ ਮਿਹਨਤ ਜਿਹੜੀ ਕਰਦੇ ਪਏ ਹਾਂ ਨਾਲ ਨਾਲ ਕੰਮ ਸਿਰੇ ਚੜ੍ਹੀ ਜਾਣ ਡਿਆ ਜਾਣਾ ਗੁਰੀ ਸਾਹਿਬ ਉੱਤੇ ਮੁੜਦੀਆਂ ਵੇਖੀਏ ਕਰਾਂ ਉੱਥੋਂ ਬਾਹਰੋਂ ਦੇਖ ਪੈਣੀ ਮੇਰੇ ਹਿਸਾਬ ਨਾਲ ਉੱਤੇ ਜਾਣ ਦੀ ਲੋੜ ਨਹੀਂ ਪੈਣੀ ਜਿੰਨੀ ਕੁ ਬਣੀ ਅਜੇ ਪੂਰੀ ਪ੍ਰੋਪਰ ਨਹੀਂ ਬਣੀ ਅਜੇ ਮਾਡਲਿੰਗ ਜਿਹੜੀ ਬਣਦੀ ਉਹਦੀ ਸ਼ੁਰੂਆਤ ਕੀਤੀ ਭਾਈ ਉਹਨਾਂ ਨੇ ਇਹਦੇ ਗਾੜੀ ਦੇ ਕਲਾਕੀ ਦੀ ਕਰਨਗੇ ਬੜੇ ਅੱਛੀ ਜਿਹੜੇ ਬਣ ਗਾੜੀਆਂ ਉਹ ਜਦੋਂ ਬਣ ਜਾਣਗੀਆਂ ਫਿਰ ਤੁਹਾਨੂੰ ਦਿਖਾਵਾਂਗੇ ਵਿਊ ਚੈੱਕ ਕਰ ਗੁਰਿਸ਼ਤਾ ਇੱਧਰ ਹੈ ਨਾ ਯਾਰ ਪਿੰਡ ਵਾਲਾ ਵਿਊ ਪਿੰਡ ਵਾਲਾ ਹੀ ਆ ਮੌਸਮ ਬਹੁਤ ਸੋਹਣਾ ਹੋ ਗਿਆ ਮੋਟੇ ਭਾ ਆ ਗਏ ਬਸ ਤੇ ਚੱਲੀਏ ਮਾੜਾ ਪਿੰਡੋਂ ਨਾਲਿਆਂ ਨੂੰ ਗੱਡੀ ਖੜਦੇ ਫੋਰਚੂਨਰ ਵਾਲੇ ਰਿਵਿਊ ਦਿਓ ਸਾਨੂੰ ਉਹਦੇ ਕੀ ਆ ਰਿਵਿਊ ਦਿਓ ਉਹਦੇ ਕੀ ਇਹਦਾ ਫਾਇਦਾ ਕੀ ਆਪਾਂ ਨੂੰ ਬੁਲਟ ਪਰੂਫ ਕਰਾਈ ਦਾ ਹੈਂ ਗੱਡੀ ਸਤਾ ਦਾ ਫੋਰਚੂਨਰ ਬੁਲਟ ਪਰੂਫ ਹੀ ਨਹੀਂ ਉਹ ਬਾਈ ਹੋਣਾ ਦੀ ਆ ਟੱਕਰਾਂ ਮਰੀ ਉਹ ਵਿੱਚ ਆਓ ਚੱਲੀਏ ਆਹ ਵੇ ਕਿੱਡੇ ਮਜ਼ੇ ਨਾਲ ਬਹਿ ਜਾਂਦਾ ਠੰਡੇ ਥਾਂ ਦੇ ਹਾਂ ਓਏ ਜਿੱਥੇ ਮਰਜ਼ੀ ਬਹਿ ਜਾਂਦਾ ਹੁਣ ਜਿੱਥੇ ਮਰਜ਼ੀ ਆ ਲੇਟ ਜਾਂਦਾ ਹੈਨਾ ਟੁੱਟ ਕੇ ਪੈਂਥਰ ਵੀ ਪੈ ਗਿਆ ਇਹਨੂੰ ਤੇ ਮੈਂ ਪਾਓ ਇਹਨੇ ਦੁੱਧ ਕੇ ਜਾਇਆ ਰਾਜਦੀਪ
ਬਰਾ ਬਾਬੂ ਰਾਜਦੀਪ ਹੋ ਗਈ ਸੁਰੇ ਓਕੇ ਓਕੇ ਵੈਰੀ ਗੁੱਡ ਵੈਲ ਡਨ ਆਈ ਲਾਈਕ ਇਟ ਸੱਚੀ ਰਾਜਦੀਪ ਲੱਗਣ ਡਿਆ ਹੈ ਆਂਦਾ ਨੀਂਦ ਬਈ ਟੌਪ ਦੇ ਆਈ ਆ ਗੁਰੂਆ ਸੌ ਲੱਗੇ ਆ ਮੈਂ ਫਿਰ ਗੁਰੀਆ ਇਹਦਾ ਫੜੀ ਮੇਰਾ ਫੂਨ ਫੜੀ ਚੰਗੀ ਬੜੀ ਨੀਂਦ ਆਈ ਗੁਰੂਆ ਬਾਹਰ ਕੇਲੇ ਵੀ ਗੱਡਰ ਨੇ ਕਾਂਡ ਚ ਨੀ ਖੇਡ ਲਾਂਗੇ ਚਲੋ ਬਾਪੂ ਲੈ ਗਿਆ ਤੈਨੂੰ ਦੱਸਿਆ ਹੁਣ ਬੰਦ ਕਿਲੇ ਖੇਡਣਾ ਕਾਂਡ ਚ ਨੀ ਖੇਡਣਾ ਆਪਾਂ ਹੋਈ ਗੁਰੀ ਰਾਜ ਲਈ ਪਿੰਡ ਨੂੰ ਚਲਾ ਮੁੰਡੇ ਭਾ ਗੱਡੀ ਚੈੱਕ ਕਰਾਉਣਾ ਹੀ ਤੂੰ ਤੂੰ ਚਲਾਉਣੀ ਆ ਅਸੀਂ ਲਾਗੇ ਬਹਿ ਕੇ ਵੇਖਣਾ ਮਾਹੌਲ ਚਲਾ ਕੇ ਵੇਖੀ ਕਿੱਦਾਂ ਚੱਲਦੀ ਆ ਝੋਟਾ ਹੀ ਬਣਾਈ ਹੋਈ ਹੈ ਨਾ ਝੂਲਦੀ ਜਾਂਦੀ ਨਾਲੇ ਸਾਰਾ ਸਮਾਨ ਲੈ ਜਾਈਏ ਖਾਣਾ ਪੀਣ ਵਾਲਾ ਨਾਲੇ ਡਰਾਈਵ ਕਰ ਲਾਂਗੇ ਇਹਨੂੰ ਸਵਾਦ ਹੀ ਆਈ ਜਾਂਦਾ ਜੇ ਬੁਲਟ ਪਰੂਫ ਗੱਡੀ ਘੁੰਮ ਕੇ ਨਾ ਜਿਹੜੇ ਵਾਲੇ ਫੀਲਿੰਗ ਤਾਂ ਕਿਹੜੀ ਆਉਂਦੀ ਆ ਮੈਨੂੰ ਪਾਣੀ ਕੱਲ੍ਹ ਮੋਟੇ ਮੋਟਾ ਦੱਸਣ ਡਿਆ ਕਹਿੰਦਾ ਗੁਰੂ ਪਾਣੀ ਕਿਹੜੀ ਗੱਡੀ ਵਿੱਚ ਵੱਜੀ ਤਾਂ ਇਕੱਠੀ ਹੀ ਹੋ ਗਈ ਤੈਨੂੰ ਕੁਛ ਨਹੀਂ ਆਇਆ ਹਾਂ ਜਿੰਨੇ 'ਚ ਵੱਜੀ ਜਿਹਨੂੰ ਕੁਛ ਨਹੀਂ ਹੋਇਆ ਉਹਦੀਆਂ ਟਾਕੀਆਂ ਵਿੱਚ ਵੜ ਗਈਆਂ ਗੁਰੂ ਹੈਵੀ ਬੜੀ ਆ ਆਪਾਂ ਉੱਥੇ ਚਲਾ ਕੇ ਨਹੀਂ ਵੇਖੀ ਗੱਡੀ ਲੈਣ ਕਰੂਸਰ ਜਦੋਂ ਟਰਾਈ ਲੈਣ ਗਿਆ ਸੀ ਗੁਰੀ ਵਾਲੀ ਜਿੰਦ ਨਹੀਂ ਹੋਣੀ ਤੂੰ ਮੋਟਾ ਤੂੰ ਗੁਰੀ ਵੀਰ ਤਵਾ ਲਾ ਗਿਆ ਤੂੰ ਤੀਰ ਛੱਡਿਆ ਸੀ ਨਾ ਨਾ ਸਮਝ ਗਏ ਸੀ ਭਾਊ ਠੀਕ ਆ ਗੁਰੀ ਵੀਰ ਚਾਦਰਾਂ ਪਾੜ ਦੇ ਚੀਜ਼ ਵੀ ਚਾਦਰਾਂ ਪਾੜਨ ਵਾਲੀ ਲੱਗੀ ਜੀ ਹੁਣ ਇੱਕ ਦਿਨ ਦੋ ਜੂਸ ਵੀ ਤਾਂ ਸਟੋਰੀ ਪਾਈ ਨੀ ਵਲੌਗ ਸ਼ਾਟ ਨਹੀਂ ਟੁੱਟੇ ਪਏ ਦੇਖਿਆ ਇਸ ਤੋਂ ਬਾਅਦ ਚੱਕਰ ਪੈ ਗਿਆ ਹਲੇ ਫੜ ਬਾਰੀਆਂ ਵੀ ਨੀ ਔਖੀ ਖੁੱਲਦੀਆਂ ਨੇ ਨਵੀਂ ਬੁਲਟ ਪਰੂਫ ਆ ਚੀਜ਼ਾਂ ਨਵੀਆਂ ਲੱਗਦੀਆਂ ਆਹ ਵੀ ਚੀਜ਼ ਨਵੀਂ ਲੱਗੀ ਆ ਆਹ ਪੱਟੀ ਨਵੀਂ ਲੱਗੀ ਆ ਸ਼ੀਸ਼ਾ ਬੜਾ ਮੋਟਾ ਸਾਲਾ ਬਾਈ ਇੱਕ ਨਾ ਜਲੰਧਰ ਵੀ ਕਰਦੇ ਸੀਗੇ ਬੁਲਟ ਪਰੂਫ ਗੱਡੀ ਤੇ ਜਿੱਦਾਂ ਜਲੰਧਰ ਕਰਵਾ ਲੈਂਦੇ ਉਹ ਤਾਂ ਨਾ ਆਹ ਚੀਜ਼ਾਂ ਦਾ ਸਾਰਾ ਪਤਾ ਲੱਗਦਾ ਚੀਜ਼ਾਂ ਦਾ ਵੀ ਲੋਹਾ ਲੱਗਿਆ ਹੋਇਆ ਅੱਛਾ ਤੇ ਇਹ ਕਿੱਥੋਂ ਕਰਾਈ ਆਪਾਂ ਇਹ ਉੱਥੇ ਆਪਣੇ ਲਾਗ ਹੀ ਉੱਥੇ
खोल इंजन गला जिन्हें भी की पता बहुत घट लगन डे अंदर बह के पता बारो नी पता गई है ना बी बंद ना पूरे मतलब ਕਹਿੰਦੇ ਕਿ ਹੁੰਦੇ ਮਿਸਤਰੀ ਨੇ ਨਾਰਮਲ ਬੰਦਾ ਉਹ ਨਾਰਮਲੀ ਉਹ ਮਿਸਤਰੀ ਹੋਵੇ ਹੁੰਦੇ ਨਹੀਂ ਉਹ ਕਿਹੜੀ ਗੋਲੀ ਦੱਸਣ ਨੇ ਜਿਹੜੀ ਵਿੱਚੋਂ ਲੰਘ ਨਹੀਂ ਸਕਦੀ SLR ਹੁੰਦੀ ਹੈ ਬਈ ਜਿਹੜੀ ਉਹਦੀ ਕਿੰਨੀਆਂ ਗੋਲੀਆਂ ਤੱਕ ਪੰਜ ਗੋਲੀਆਂ ਇੱਕ ਜਗ੍ਹਾ ਵੱਜਣੀਆਂ ਫਿਰ ਲੱਗੂਗੀ ਹਾਂ ਅੱਗੇ ਗੋਲੀ ਲੰਘੂਗੀ ਨਹੀਂ ਕੁਝ ਨਹੀਂ ਹੋਣਾ ਇਹ ਮਿੱਤਰਾ ਆਏ ਤਾਂ ਜਗਾੜ ਜਾ ਪਾਉਣ ਡੇ ਐਡ ਬਲੂ ਲੈਵਲ ਰਹਿ ਗਿਆ ਸਾਰਾ 283 ਇਹ ਨਵੀਂ ਫੋਰਚੂਨਰ ਦੇ ਵਿੱਚ ਆਈ ਬਾਈ ਦੱਸਣ ਡਿਆ ਕਹਿੰਦਾ ਕਿ ਜੇ ਮੁੱਕ ਜਾਵੇ ਗੱਡੀ ਸਾਡੀ ਸਟਾਰਟ ਨਹੀਂ ਹੁੰਦੀ ਹੈਨਾ ਜਿਉਂ ਜਿਉਂ ਮੇਰੇ ਲੋ ਹਾਂ ਗੱਡੀ ਬੰਦ ਕਰ ਦਾਂ ਐ ਗਰਮੀ ਪਾਓਗੀ ਮੈਨੂੰ ਓਕੇ ਆ ਜੋ ਜੋ ਵੇਲੋ ਸਾਲ ਪ੍ਰਤੀ ਸਾਲ ਆਪਾਂ ਗਾਂਹ ਦੀ ਗਾਂਹ ਵੱਧਦੇ ਜਾਂਦੇ ਹਾਂ ਚੀਜ਼ਾਂ ਦੇ ਵਿੱਚ ਵੀ ਕਿੰਨਾ ਚੇਂਜ ਆਉਂਦਾ ਜਾਂਦਾ ਪਹਿਲੀ ਫੋਰਚੂਨਰ ਦੇ ਵਿੱਚ ਇੱਦਾਂ ਦਾ ਕੁਛ ਨਹੀਂ ਹੈਗਾ ਇਹ ਪਰ ਬੁਲਟ ਪਰੂਫ ਵਾਲਾ ਸਾਰਾ ਕਿਰਾਇਆ ਕਰਾਈ ਬਾਈ ਹੋਣਾਂ ਦੇ ਸ਼ੌਂਕ ਨਹੀਂ ਆ ਪਰ ਇਹ ਚੀਜ਼ ਘੈਂਟ ਬਣੀ ਉਸਤਾਦ ਦਹਿਆ ਤਾਂ ਕੰਮ ਔਖਾ ਹੀ ਹੋਣਾ ਜੇ ਬੰਦੇ ਨੂੰ ਚਿੱਤਾ ਭੁੱਲ ਜਾਣਾ ਪਾਇਆ ਜਾਵੇ ਕਿਤੇ ਕਿਤੇ ਬੰਦ ਹੋ ਜੂਗੀ ਗੁਰੀ ਵੀਰ ਆਹ ਯਾਰ ਮੱਚ ਗਿਆ ਮੌਸਮ ਮੌਸਮ ਹੋ ਗਿਆ ਅਤੇ ਆਪਾਂ ਪੱਕੋਗੇ ਗਲਤ ਗੱਲ ਹੈ ਚੰਡੀਗੜ੍ਹ ਚਾਹੀਦੇ ਆ ਗੱਡੀਆਂ 'ਚ ਪੱਖੋ ਕਿਹੋ ਜਿਹਾ ਮਾਹੌਲ ਬਣਾਉਣਾ ਕੋਈ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਆ ਪਹੁੰਚੋ ਪਿੰਡ ਇੱਕ ਵਾਰ ਨਹੀਂ ਸੱਚੀ ਬੜਾ ਸੋਹਣਾ ਇਧਰਲੇ ਪਾਸੇ ਵੀਰ ਕੈਮਰੇ 'ਤੇ ਪਹਾੜੀ ਲੱਗੀ ਜਾਂਦੀ ਪਰਲੇ ਪਾਸੇ ਇਧਰ ਵੇ ਜ਼ਿਆਦਾ ਨਹੀਂ ਘਬਰਾਉਣ ਡਿਆ ਪਹੁੰਚ ਗਏ ਹਾਂ ਪਿੰਡ ਸਾਡੇ ਪਿੰਡ ਲਈ ਕੈਮਰੇ ਹੋਣੇ ਚਾਲੂ ਅੱਜ ਤਾਂ ਮੌਸਮ ਵੀ ਠੰਡਾ ਆ ਐਂ ਗੁਰੀ ਸਾਹਿਬ ਮੌਸਮ ਬੜਾ ਵਧੀਆ ਯਾਰ ਸੱਚੀ ਨਾ ਅੱਜ ਨਾ ਲਾਈਵ ਚੱਲ ਰਿਹਾ ਹਾਂ ਇੱਧਰ ਵੇਖੀ ਪਰ ਅੱਜ ਆਪਣੀ ਗੱਡੀ ਫੋਰਚੂਨਰ ਹੈਗੀ ਆ ਨਾ ਜੇ ਕਿਸੇ ਨੇ ਵੇਖਿਆ ਇੰਨੀ ਭੈਣ ਨੂੰ ਢਿਲੋਣਿਆ ਵੀ ਲੈਂਦੀ ਆ ਹਾਂਜੀ ਅੱਪੀ ਹਾਂਜੀ ਹਾਂਜੀ ਆ ਗਏ ਆ ਗਏ ਆ ਗਏ ਬਈ ਆ ਗਏ ਵਾਹ ਜਾਂਦੇ ਕਾਲਾ ਕਿੱਥੇ ਆ ਆਹ ਜੇ ਕਾਲਾ ਆਹ ਜੇ ਕਾਲਾ ਓ ਕਾਲੇ ਕੀ ਹਾਲ ਆ ਠੀਕ ਠਾਕ ਹਾਂਜੀ ਹਾਂਜੀ ਘਰੇ ਮੇਰੀ ਯਾਰ ਘਰੇ ਪਈ ਉਹ अपने चक्कर पै गया चक्कर पै गया चक्कर कल ही गल कर ਉਹ ਮੇਰੇ ਵਾਲੀ ਮਾਰੀ ਚੰਦਰ ਉਹ ਖੋਲ ਕੇ ਰੱਖਿਆ ਉਹਦਾ ਮੌਸਮ ਚੈੱਕ ਕਰ ਮੋੜੇ ਭਾ ਮੌਸਮ ਤਾਂ ਬਈ ਪੂਰਾ ਕਹਿੰਦਾ ਜਾਣੇ ਵਾਲਾ ਮੌਸਮ ਨਹੀਂ ਹੈ ਬਈ ਤਾਂ ਨਾ ਹਮ ਆਪਕੋ ਜਾਣੇ ਦੇਗੇ ਜੂਦੀ ਕੰਮ ਪੈ ਗਿਆ ਮੇਰੀਆਂ ਸਬਜ਼ੀਆਂ ਨੂੰ ਯਾਰ ਐ ਇਦਾਂ ਬੜਾ ਹੁੰਦਾ ਨਾ ਚੱਲ ਕੋਈ ਨਹੀਂ ਇਟਸ ਓਕੇ ਮੋਟੇ ਡਿੱਗੀ ਦੀ ਖੋਲੀ ਮਾੜੀ ਜੀ ਡਿੱਗੀ ਖੋਲ ਗਈ ਖਾਈ ਕਰ ਇੱਕੋ ਸੀਨ ਰਹਿ ਗਿਆ ਆਪਣਾ ਡਿੱਗੀ ਵਾਲਾ ਯਾਰ ਪਤਾ ਲੱਗਣਾ ਜਿਹੜਾ ਬੁਲਟ ਪਰੂਫ ਕਰਾਈ ਰੋਕਣ ਕਹਿੰਦਾ ਐਵੇਂ ਆਖੀ ਜਾਂਦੇ ਆ ਉਹ ਹੀ ਆਖੀ ਜਾਂਦੇ ਬੁਲਟ ਪਰੂਫ ਕਰਾਈ ਉਹ ਹੀ ਹੱਥ ਜੇ ਮਾਰ ਮਾਰ ਪੱਕਾ ਪਰੂਫ ਦਈਏ ਬੁਲਟ ਪਰੂਫ ਦਾ ਤੇਰਾ ਭਲਾ ਜੇ ਤੇਰਾ ਆਹ ਚੀਜ਼ ਤੋਂ ਪਤਾ ਲੱਗਦਾ ਗੱਡੀ ਬੁਲਟ ਪਰੂਫ ਹੈ ਆਹ ਚੈੱਕ ਕਰੋ ਜਗਾੜ ਟੈਂਕ ਜੇ ਉਹ ਲੱਗਦਾ ਗਿਆ ਵੇ ਪੂਰਾ ਭਾਰਾ ਬੜਾ ਕੰਮ ਤੇਰਾ ਭਰਾ ਮਜ਼ਾ ਭਾਰੀ ਗੋਰੀ ਮੈਨੂੰ ਬਾਰੀ ਖੋਲ ਕੇ ਖਾਈਆਂ ਜਿਹੜੀ ਆਹ ਬਾਰੀ ਖੁੱਲੀ ਗੱਡੀ ਦੀ ਪਰਲੀ ਠੰਡ ਬਹੁਤ ਲੱਗ ਰਹੀ ਹੈ ਟਾਈਮ
ਚੱਲ 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 ਪੁੱਲ ਜੇ ਮੈਂ ਗੇਮ ਰਹੀ ਕੋਈ ਇਸ ਤਰ੍ਹਾਂ ਦੇਖਣਾ ਬਿਜਲੀ ਗੜਕਦੀ ਹੋਈ ਵੇਖੀ ਕਿਤੇ ਬਿਜਲੀ ਇੱਧਰ ਨਾ ਆ ਪਵੇ ਘਰ ਬੰਦ ਡਰ ਲੱਗਦਾ ਹੈ ਹਮਕੋ ਭਾਈ ਚੱਲ बूटे लगे उधर वे उधर वे गड्डी अंदर ला दो भाऊ ड्राइवर कैसे यार ड्राइवर एजेंसी लगे चलो चलो चेक न्हेर गए कितना बिजली गड़कन डी है मीह पैजे ना फिर सवाल आऊंगा जी हूँ मीह पा दे रबा हूँ कोई चक्कर नहीं जो तूड़िया बनाया उदो मीह तो मीह पाई जाता मेरा मालिक चीज लगी थले नहीं 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 चंगा भी सज्जनो बाय बाय मिलते हैं कमिंग सून लेज नहीं लेना लेज नहीं लेना ठीक है गुरी फिर लेज कहता है मैं ठीक है ना लेज क्या ही मैं और कुछ खाना दस दो नहीं है ठीक गुरी फिर लेज ठीक है लेज कहता है मैं और लेज फड़ ले मौसम का ना मौसम का डर ही लगता है वेख वेख की बन दिया उधर वे यहोजा मौसम पता कदम वेखन मिलता जिदा आप यूट्यूब से वो जी तूफाना जानी वीडियो वेखी है ना उदो आप चीजा वेखन मिलती तो जगमग जगम होई पी है उधर वे करूगा वो चढ़ गया की चाहिए हरे लेज फोन कर दे फोन लग गया गुरुआ बड़ा डर जहा लगता वेख फीलिंग जी उस तरह की आँदी है ना उधर वे मेरा वीर हूँ चुप करके टिक जाइए यहोजा जो मौसम हो जाए ना कहीं टिक जाना चाहिए इधर वे की बनया पाया गुरुआ दिन ही चढ़ता हो बिजली ना ठीक है मित्रों अं डिगन लगे अंदर हूँ टाइम सिर जे मीह मूह पै गया वेखा सवेरे की माहौल बनता है ना टिक जाओ भी टिक जाओ वेखा कितने सब जन मुक गया जाओ हो सवेरे बार की वीरवार तुम हो सवेरे फिर ब्लू वाले नहीं ब्लू वाले यार रहन दे यार होना चाहिए रहन दे नहीं रहन दे सिकंदर भेजा ना जग जगी ने जजी ने भेज सिकंदर फिर ही पैसे पाऊंगा जैम लिया बहु जैम मिठा वेखी तू भी बड़े दिन वेले नारे लाए मैंने मैसेज आया ही कहते वीर जी गोरी सच्ची सेवा दे गया वा गुरी भी लत्त बड़ी होर तरह की कढ़न डे जिदा तू और रीलों के कुड़ियाँ शो जी नहीं करते होंगे उदा कैमरे उदा दी आनी पिछले बाजू नाल नहीं जोड़ियाँ दोवें अज मैंने एक बई ने भीडियो भेजी रीलों के कहना बई वेला कि गंद पैन दिया तो वीडियो वाला किदा दी कुड़ी इतों शुरू की थले पहले गाड़ ली इतों तक विखाया इतों तक आ गई फिर पिछला पासा खाया फिर उन्हें विखाई मैं फराक पाई आ मैं सीधी विखा दी फराक पाई आ लक्षण नहीं करने कुड़िया व्यू तो इसे जीते हैं ना कुड़िया आप भी लियाई फराकियां जी वेखी वाला कहने व्यू आते दस दिन जा पर गोरी बहू एक गेड़ा औखा लखा के मार दे मेरा भरा गुरी टिचरा ही हो जाए भैन चो बूटा के पैर गया मैं कहते पैर आ गया सजनो ना जा थोड़ा जी नहीं करना जान है सजनो दस दिन ही ਕੋਟੇ ਹਾਂਜੀ ਰੁਕ ਜਾ 10 ਮਿੰਟ ਥੋੜਾ ਮੀਂਹ ਹਟ ਦੇਖਿਆ ਇਹ ਸੱਜੀਆਂ ਦਾ ਜੀ ਨਹੀਂ ਕਰਦਾ ਪਰ ਨਾ ਮਜਬੂਰੀ ਬਣ ਗਈ ਕੰਮ ਹੀ ਇਹੋ ਜਿਹਾ ਪੈ ਗਿਆ ਜਾਣਾ ਪੈਣਾ ਕਿਉਂ ਭੂਪੇ ਭਾ ਇਹੋ ਜਿਹਾ ਮੌਸਮ ਦੇ ਵਿੱਚ ਜਿਹੜਾ ਆਪਾਂ ਹੁਣ ਭਰਾਵਾਂ ਨੇ ਬਹਿ ਗੱਲਾਂ ਬਾਤਾਂ ਮਾਰਨੀਆਂ ਸੀ ਉਹ ਹੁਣ ਨਹੀਂ ਤਿੰਨਾਂ ਇਕੱਲਿਆਂ ਨੇ ਮਾਰਨੀਆਂ ਰਾਹ ਜਾਂਦੇ ਗੁਰੀ ਦੇ ਢਿੱਲੋਂ ਮਿਸ ਹੋ ਜਾਣਾ ਵਿੱਚ ਹੈਂ ਪਰ ਨਹੀਂ ਤੁਹਾਨੂੰ ਮੀਂਹ ਵੀ ਇਜਾਜ਼ਤ ਨਹੀਂ ਦੇਣ ਦਿਆ ਹੈਂ ਚੱਲ ਮੁੰਡੇ ਬਾਹਰ गोरी लंघन लगा लागू मेरा हाथ बज गया चित्र चप्पा मुड़ा ही गां चल लगे मोटे देखी नहीं मैं लगता नहीं अज बब जाना नहीं मोटे ਮੋਟਾ ਰਹਿਣ ਜੀ ਕਰਦਾ ਹੈ ਤੇ ਕੰਮ ਹੀ ਪੈ ਗਿਆ ਨਹੀਂ ਤੇ ਜਾਣਾ ਨਹੀਂ ਸੱਚੀ ਨਹੀਂ ਜਾਣਾ ਚਲੋ ਆ ਜਾਣਗੇ ਤਦੂ ਲੱਗ ਜਾਣਾ ਕੁਝ ਨਹੀਂ
ਧਮਕਾਇਆ ਸਾਹ ਪਿੱਛੇ ਵੱਜ ਨਹੀਂ ਇੰਨਾ ਗੱਡੀ ਦੇ ਨਾ ਗੱਡੀ ਦੇ ਮੂੰਹ ਚ ਫੇਰ ਮੇਰੇ ਸਤਾਰ ਕਹਿ ਲਗਾ ਪਿੱਛੇ ਵੱਜ ਨਹੀਂ ਦੇ ਕਿਤੇ ਆਪਣੀ ਗੱਲ ਕਰੀ ਗਈ ਆਪਣੀ ਗੱਲ ਕਰੀ ਨਹੀਂ ਸਾਰਾ ਗੱਡੀ ਦੇ ਕਰਨ ਦੇ ਆਈ ਗੱਡੀ ਚੀਤ ਰਹੀ ਜਾ ਲੱਗਦਾ ਮੰਨਦਾ ਤੂੰ ਆਪਣੇ ਆਪ ਨੂੰ ਕਬੱਡੀ ਖੇਡ ਲੈਣੇ ਕਿਹਦੇ ਨਾਲ ਆਪਾਂ ਕੋਈ ਨਹੀਂ ਉਹਨੇ ਕਮੈਂਟ ਆਇਆ ਸੱਚ ਵੀਰ ਤੇ ਕਹਿੰਦੇ ਕਬੱਡੀ ਦਾ ਮੈਚ ਲਾਓ ਮੈਂ ਕੋਈ ਨੀ ਲਾ ਲੈਂਦੇ ਇਹ ਚੀਜ਼ਾਂ ਤਾਂ ਆਈ ਕੋਈ ਨੀ ਆਹ ਵਾਹਣ ਵਿਹਲੇ ਹੁਣ ਆਹ 2 ਮਹੀਨੇ ਜਿਹੜੇ ਬਲੌਗ ਹੋਣੇ ਇਹੋ ਚੀਜ਼ਾਂ ਦੇ ਹੋਣੇ ਕਦੀ ਰੱਸਾ ਖਿੱਚ ਲਿਆ ਕਦੇ ਕਦੀ ਕਬੱਡੀ ਖੇਡ ਲਈ ਕਦੀ ਟੈਂਟਰ ਟੋਚਨ ਪਾਤੇ ਕਦੀ ਕਦੀ ਬੰਦਿਆਂ ਟੋਚਨ ਪਾਤੇ ਕਿਸੇ ਨੇ ਪੰਜਾ ਲਾਉਣੇ ਗੋਰੀ ਤੇਰੇ ਦੋ ਹੱਥ ਮੇਰੇ ਇੱਕੋ ਜਿਹਾ ਗੋਰੀ ਵਰਗਾ ਸਟਾਪਰ ਖੜਾ ਹੋਵੇ ਜੱਜੀ ਖੇਡਦੇ ਹੋਵੇ ਇਹਨੂੰ ਚੈੱਕ ਕੀ ਲੱਤ ਵੀ ਲਾਲੀ ਨਾਲ ਲਾਉਣੀ ਹੁੰਦੇ ਨਹੀਂ ਨਹੀਂ ਕਿਸੇ ਦੇ ਕਰਦੇ ਫਰ ਇੱਕ ਤੇ ਯਾਰ ਆਪਣੇ ਕੰਮ ਨਹੀਂ ਮੁੱਕਦੇ ਕੱਲ ਫੇਰ ਆਪਾਂ ਸਵੇਰੇ ਸਵੇਰੇ ਡੈਵਰ ਵਾਲੇ ਪਾਸੇ ਜਾਣਾ ਪੈਣਾ ਆਪਾਂ ਨੂੰ ਇੱਕ ਆਪਣਾ ਸਵੇਰੇ ਡੈਵਰ ਵਾਲਾ ਕੰਮ ਜੇ ਤੇ ਜੇ ਮੀਂਹ ਪੈ ਗਿਆ ਤਾਂ ਆਪਣਾ ਹੋਰ ਕੰਮ ਨਹੀਂ ਹੋਣਾ ਸਵੇਰੇ ਫਿਰ ਆਪਣਾ ਬੜਾ ਗੁੱਸਾ ਕਰਦਾ ਯਾਰ ਰਿਮੋਟ ਵਾਲਾ ਗੇਟ ਲਵਾਉਣਾ ਕੁੜੀ ਆ ਵਾ ਆਪਣੇ ਤੇ ਬੰਦੇ ਵੇਖ ਚਾਬੀਆਂ ਗੱਡੀ ਨਹੀਂ ਲੱਗਦੀਆਂ ਤੇ ਰਿਮੋਟ ਦਾ ਗੇਟ ਲਵਾ ਲਿਆ ਤੇ ਰਿਮੋਟ ਲਾ ਕੇ ਉਹ ਚਾਬੀ ਗਵਾ ਲਈ ਕੁੜੀ ਆਵੇ ਉਹ ਬਾਈ ਖੁੱਲੇ ਦਾ ਬਾਪੂ ਨਹੀਂ ਆ ਗਿਆ ਉਧਰ ਉਹਨੇ ਭਿੱਜ ਭੁੱਜ ਗਿਆ ਨਾ ਵੇਖੀ ਦੁਬਾਰੇ ਬਾਪੂ ਜੱਜੀ ਗਿਆ ਸੀ ਨਾ ਉਹ ਹੁੰਦੇ ਹੀ ਨਹੀਂ ਲੈ ਗਿਆ ਨਾ ਸਿਕੰਦਰ ਨਹੀਂ ਭੇਜਿਆ ਤਾਂ ਭੇਜਿਆ ਤਾਂ ਉਧਾਰ ਲੈ ਆਇਆ ਨਹੀਂ ਬੰਪਰ ਤਾਂ ਚ ਕਿਉਂ ਨਾ ਗੁਰੀ ਲਾਈਟਾਂ ਦਾ ਫਰਕ ਪੈ ਗਿਆ ਚਾਨਣ ਕਹਿੰਦਾ ਹਨਾ ਕਿਹੜੀ ਨੇ ਤੁਸੀਂ ਕੱਲ ਲੁਧਿਆਣੇ ਦਾ ਕੰਮ ਕਰ ਲੋ ਤਾਂ ਪਰਸੋਂ ਕਰ ਲਾਂਗੇ ਤੁਸੀਂ ਸਪਲੀਮੈਂਟ ਲੈ ਆਓ ਸਪਲੀਮੈਂਟ ਤੁਸੀਂ ਬਾਅਦ ਫਿਰ ਜਿਮ ਛੱਡ ਕੇ ਬਹਿਣਾ ਮੈਨੂੰ ਪਤਾ ਉਹ ਕੰਮ ਕਰ ਲੋ ਜਾਣਾ ਤੂੰ ਕਹਿਣਾ ਕੈਮਰੇ ਸਾਹਮਣੇ ਮੋਟੇ ਮੋਟੇ ਵਾਲ ਆਉਣੇ ਕੁੜੀਆ ਬਰਾੜ ਤੇਰੇ ਬਾਰੇ ਪੁੱਛਦੇ ਕਹਿੰਦੇ ਮੁੰਡਾ ਕੌਣ ਆ ਮੈਂ ਮੁੰਡਾ ਦੀ ਮਾਸੀ ਦਾ ਇੱਕ ਇੱਕ ਬਲੱਡ ਵਾਲੇ ਨਹੀਂ ਬਹਿ ਗਏ ਸਰਪੰਚ ਦਾ ਅੰਜਰ ਹੈਗਾ ਮੈਂ ਕਿਸੇ ਬਲੱਡ ਦੇ ਖਾਣਾ ਦੇ ਦੇ ਚੱਲ ਕੋਈ ਨਹੀਂ ਤੇ ਲੈ ਵੀ ਗੁਰਜਨ ਦਰਦ ਖੁੱਲ ਕੇ ਆ ਗਿਆ ਉਹ ਗੁਰਜੀ ਬੂਹੇ ਜਾ ਕੇ ਮੈਨੂੰ ਇੱਕ ਹੀ ਦੇ ਦੇ ਕੋਈ ਨਹੀਂ ਇੱਕ ਨਾ ਸਰ ਲੈਣਾ ਮੈਂ ਆਹ ਦੇ ਦੇ ਮੈਨੂੰ ਆਹ ਜਿਹੜਾ ਇਹ ਜੱਜੀ ਦਾ ਫੇਵਰਟ ਵੈਸੇ ਜੱਜੀ ਤੇਰਾ ਬਲੱਡ ਬਲੱਡ ਕੱਢੇ ਨੇ ਤੂੰ ਹੈ ਕੁਰੇ ਭੁੱਖ ਹੋੜੀ ਲੱਗੀ ਸੌਂ ਲੱਗਿਆ ਜੇ ਬਲੱਡ ਸਰ ਕਿੰਨੇ ਮਾਰੇ ਪਾ ਲੈ ਜੇ ਜਾਂ ਉਹਨਾਂ ਦਾ ਥਾਕਾ ਲਾ ਜੇ ਪਜਾਮਾ ਥੋੜਾ ਲੂਸ ਜਿਹਾ ਜਿੱਦਾਂ ਸੇਕਾ ਨੀ ਪਿਆ ਜੀ ਤੇਰੇ ਪਾਸੇ ਆ ਜਾਂਦੇ ਸਾਰੇ ਵੇਲਾ ਹੈ ਪਰ ਤੁਹਾਡਾ ਝੋਟਾ ਵਾ ਤੇ ਤਾਂ ਕਰਕੇ ਹੁੰਦੇ ਹੈ ਬੂਟ ਵਾਲੇ ਲਿਸ਼ਕਣੇ ਪਏ ਹੋਏ ਜਗਦੇ ਨਾ ਆਹੋ ਕੈਮਰੇ ਜਗਨ ਦੇ ਮੈਂ ਹੁਣ ਵੇਖੇ ਆ ਮੈਦਾਨ ਚ ਆ ਗਿਆ ਮੈਦਾਨ ਚ ਆ ਗਿਆ ਮੇਰਾ
ਦੁੱਧ ਬਣਾਈ ਦੁੱਧ ਬਣਾਈ ਆਹ ਪਿਆ ਜੀ ਆ ਬ੍ਰੈਡ ਆਹ ਬੜਾ ਪਸੰਦ ਕਰਦਾ ਆ ਕਰਨ ਆਵਾਂ ਤੇ ਮੈਂ ਕਿੰਨੇ ਖਾਣੇ ਮੈਂ ਕੱਢ ਲਏ ਭੈਣ ਦੀ ਉਹ ਬ੍ਰੈਡ ਨੂੰ ਦਿਓ ਬ੍ਰੈਡ ਖਾਣਾ ਹੀ ਐਂ ਕੀਤਾ ਸੀ ਕਵਰ ਕਰ ਦਿਓ ਕਵਰ ਕਰ ਦਿਓ ਖਪ ਗਿਆ ਉਹਨੂੰ ਦੇ ਦੋ ਅੱਧਾ ਬ੍ਰੈਡ ਉਹ ਉਧਰ ਤੇ ਦੇਖੋ ਆਹ ਡੱਬੇ ਨੇ ਆਪੇ ਦੋ ਦਿਨ ਕੱਢਣੇ ਜਿਹੜੇ ਸਾਨੂੰ ਜੈਮ ਲਾਉਂਦੇ ਤੁਸੀਂ ਤੇ ਆਹ ਕੰਮ ਵਧੀਆ ਬੱਤੀ ਆ ਗਈ ਬੂਹਾ ਮਾਰਦੇ ਕੁੰਡਾ ਮਾਰਦੇ ਮਾੜਾ ਚਲੋ ਗੁਰੀ ਸਾਹਿਬ ਪਈ ਲੰਮੀ ਆਪ ਆ ਵੀ ਬ੍ਰੈਡ ਮਦਾਨੇ ਇੱਧਰ ਵੇ ਮੇਰੇ ਵੱਖਰੇ ਕੱਢਦੇ ਮਿੱਤਰੋ ਯਾਰ ਹੈ ਪੁਰੇ ਉਸਤਾਦ ਹਾਂਜੀ ਹਾਂਜੀ ਘਰ ਕੋਈ ਤਿਆਰ ਚੀਜ਼ ਪਾਈ ਨਹੀਂ ਅੱਜ ਕੁਝ ਯਾਰ ਬਣਾ ਯਾਰ ਵੀਰ ਭਰਾ ਵੇਟ ਕਰਨ ਡੇ ਸਰਪੰਚ ਸਾਹਿਬ ਸ਼ੇਕ ਬਣਾ ਲਿਆ ਦੇਈ ਯਾਰ ਥੋੜ੍ਹਾ ਜਿਹਾ ਮੈਨੂੰ ਪੀਣਾ ਗੁਰੀਰ ਡਾਈਟਿੰਗ ਵਾਲੇ ਦਾ ਹਾਲ ਹੁੰਦਾ ਜੀ ਪਰਹੇਜ 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 ਬਸ ਪਰਹੇਜ ਹੈਂ ਮੀਂਹ ਵਾਹ ਪੈ ਗਿਆ ਨਾ ਚਿੱਕੜ ਜਿਹਾ ਆ ਗਿਆ ਗਲੇ ਵਾਲੇ ਪੈ ਜਾਂਦੇ ਆ ਪਿੰਡ ਪਏ ਇੱਥੇ ਤਾਂ ਪਏ ਨੇ ਹੈਂ ਕਈ ਕਈ ਥਾਵਾਂ 'ਤੇ ਪੈ ਗਏ ਇੱਥੇ ਨਹੀਂ ਮਾਸਾ ਇੱਥੇ ਇਕੱਲਾ ਨਹੀਂ ਪਿਆ ਗੁਰੂ ਆ ਤੁਹਾਡੇ ਲਵੇ ਪਿੰਡ ਵੀ ਮੰਨੇ ਦਾ ਫੋਨ ਆਇਆ ਸੀ ਉਹ ਸ਼ਹਿਰੋਂ ਆਇਆ ਸੀ ਦੱਸਣ ਡਿਆ ਕਹਿੰਦੇ ਬਹੁਤ ਗਲੇ ਪੈਣ ਡੇ ਅਸੀਂ ਉੱਥੇ ਆ ਜਾ ਰੋਣਾ ਇੱਕ ਬਾਈ ਕਮੈਂਟ ਕਰਨ ਦਾ ਕਹਿੰਦਾ ਆਪਾਂ ਗਿਆ ਨਹੀਂ ਮੈਂ ਐਤਵਾਰ ਮਿੱਠੇ ਚੌਲ ਖਵਾਇਆ ਕਰਨਾ ਜਿਹੜਾ ਆਇਆ ਕਰੂ ਕਹਿੰਦਾ ਇਹਨਾਂ ਮਿੱਠੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਕਹਿੰਦਾ ਢਿੱਲੋ ਵੀਰ ਲੱਗਦਾ ਮਿੱਠਾ ਜੋੜੀ ਬਣਾਉਣ ਨੂੰ ਫਿਰਦਾ ਮਿੱਠੇ ਚੌਲਾਂ ਦੀ ਗੱਲ ਕਰਨ ਡਿਆ ਨਿਆਣੇ ਮੇਰੀ ਵਿਆਹ ਵਿਊ ਨਹੀਂ ਕਰਵਾਉਂਦੇ ਯਾਰ ਲੱਭਣੇ ਆ ਟਾਈਮ ਕਿੱਥੋਂ ਹੋ ਗਿਆ ਗੁੜੀਆ ਵੇਖ ਕੇ 11:30 ਹੁੰਦੇ ਤਾਂ 11 ਨਹੀਂ ਸੜਕਾਂ 'ਤੇ ਫਿਰਨ ਡਿਆ ਜਦੋਂ ਬੰਦੇ ਦਾ ਵਿਆਹ ਆਉਂਦਾ ਫਿਰ 8 ਘਰੋਂ ਫੋਨ ਖੜਕ ਜਾਂਦਾ ਜੋੜੀਆਂ ਬਣਾਉਣ ਡਿਆ ਮਿੱਠੇ ਚੌਲ ਤੁਹਾਨੂੰ ਕਿ ਮਿੱਠੇ ਚੌਲ ਢਿੱਲੋ ਉਹਨੂੰ ਲੱਭਣੇ ਲੱਭਣੇ ਹੈ ਬਾਅਦ 'ਚੋਂ ਭਰਾਵਾ 8 ਫੋਨ ਆਉਂਦਾ ਵੀ ਆ ਜਾਓ ਕਿੱਥੇ ਰਹਿ ਗਏ ਜੇ ਹੈ ਇਹ ਜੇ ਹਜੇ ਮੈਂ ਸੁਣਨੀ ਨਹੀਂ ਚਾਹੁੰਦਾ ਹਜੇ ਪਊ ਬੜੇ ਸੁਪਨੇ ਪੂਰੇ ਕਰਨੇ ਚਲੋ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਆ ਮੇਰੇ ਹਿਸਾਬ ਨਾਲ ਤੇ ਹਜੇ ਉਹ ਟਾਈਮ ਨਹੀਂ ਆਇਆ ਹਜੇ ਉਹੀ ਹੋਈ ਚ ਖੁਸ਼ ਆ ਹਜੇ ਇਦਾਂ ਹੀ ਖੁਸ਼ ਆ ਹਜੇ ਘਰ ਪਾਉਣਾ ਫਿਰ ਗੱਡੀ ਲੈਣੀ ਹੈ ਦਾਦਾ ਨਹੀਂ ਫਿਰ ਹੌਲੀ ਹੌਲੀ ਮਿਹਨਤ ਕਰਨੀ ਹਜੇ ਮਿਹਨਤ ਕਰੀ ਜਾਂਦੇ ਚੱਲ ਫਿਰ ਸਾਈਕਲ ਲੈਣਾ ਸਾਈਕਲ ਤੋਂ ਬਾਅਦ ਗੱਡੀ ਲੈਣੀ ਯਾਰ ਉਹ ਲਿਆਉਣਾ ਯਾਰ ਮੋਟੇ ਡਰਨਾ ਮੇਰਾ ਬੜਾ ਮੈਨੂੰ ਇਹ ਨਾ ਸਾਲਾ ਨਾ ਉਹ ਸਾਲਾ ਆਪਾਂ ਚੱਲ ਕਰਦੇ ਕੋਈ ਹੈ ਨਹੀਂ ਚੱਲ ਇਹਨਾਂ ਲੱਗੇ ਬੰਦਾ ਲਾਗੇ ਬੰਨੇ ਜਦੋਂ ਤੇਰੇ ਲਾਉਣਾ ਹੋਵੇ ਬੰਦਾ ਤੁਰਿਆ ਫਿਰਦਾ ਵਰਜਿਸ਼ ਹੋ ਜਾਂਦੀ ਮੇਰੇ ਤਾਂ ਸਾਰੀ ਸੱਬਲ ਗਏ ਨੂੰ ਸਾਈਕਲ ਲੈ ਕੇ ਜਿੰਮ ਮੈਂ ਸਾਈਕਲ ਤੇ ਖੜਿਆ ਕਰਾਂ ਕੰਮ ਤੇ ਬੜੇ ਕਰਨ ਵਾਲੇ ਪੈਸਾ ਚਾਹੀਦਾ ਰੇ ਕੰਮ ਲਈ ਇੰਨੇ ਸਾਡੇ ਕੋਲ ਹੈ ਨਹੀਂ ਸਾਡੇ ਤੇ ਹੌਲੀ ਹੌਲੀ ਕਰਕੇ ਸਾਈਕਲ ਲੈਂਦੇ ਖਰਚਾ ਪਾਣੀ ਪੂਰਾ ਹੀ ਜਾਂਦਾ ਇੰਨਾ ਹੀ ਰੱਬ ਦੇਈ ਜਾਂਦਾ ਬਹੁਤ ਆ ਉਦੋਂ ਤੇ ਮੇਰੇ ਹਿਸਾਬ ਨਾਲ ਆਪਾਂ ਇੱਕ ਮਹੀਨੇ ਦੇ ਤੇਲ ਤੋਂ ਸਾਈਕਲ ਆ ਜਾਣੇ ਆਪਣੇ ਸਾਰੇ ਸਹੀ ਜਿੰਨਾ ਆਪਾਂ ਤੇਲ ਫੂਕਦੇ ਹਾਂ ਮੈਂ ਨਾ ਬੜਾ ਕੁਝ ਆ ਜਾਣਾ ਸੀ ਗੱਡੀਆਂ ਘਰੇ ਲਾ ਕੇ ਘਰੇ ਰਹੀਏ ਨਾ ਮਿਸਤਰੀ ਮੁਸਤਰੀਆਂ ਕੰਮ ਕਰੀਏ ਤੇ ਬੜਾ ਕੁਝ ਆ ਜਾਣਾ ਸੀ ਬਾਕੀ ਰੱਬ ਦੇ ਨਾਲ ਭਰਾਵਾ ਬੰਦੇ ਦੀ ਕੋਈ ਗੱਲ ਨਹੀਂ ਵੇਖੀ ਧਿਆਨ ਨਾਲ ਮੜਾ ਆ ਚੁੱਕਦੇ ਆ ਸਵੇਰੇ ਆਉਣਗੇ ਬੰਦੇ ਹੁਣ ਇੱਥੇ ਵਿੱਚ ਮਿੱਟੀ ਪਾਦੀ ਨਾ ਹੁਣ ਨਾਲ ਲੱਗਦੇ ਅਸੀਂ ਪੈਲੀ ਵੇਲੀ ਹੁਣ ਉਹਨਾਂ ਸਵੇਰੇ ਪਾਣੀ ਆ ਉਹ ਥੋੜਾ ਜਿਹਾ ਪੱਧਰਾ ਕੀਤਾ ਘਟਾ ਦੇ ਲੱਗਣ ਦਾ ਸਵੇਰੇ ਖਾਂਦੇ ਨਹੀਂ ਇਹਨੇ ਇੱਕ ਕਾਫੀ ਬਣਾ ਕੇ ਪੀਏ ਯਾਰ ਜੀ ਕਰਨ ਦਾ ਕਾਫੀ ਪੀਣ ਨੂੰ ਨਹੀਂ ਤਾਂ ਮਸਾ ਲੇਟ ਆ ਜੂਗੀ ਪਰ ਹਾਂ ਵੇ ਸ਼ਿਰੋ ਖੋਲ ਬੂਆ ਬਾਹਰ ਨਿਕਲ ਜੀ ਸਾਲਿਆ ਤੈਨੂੰ ਫੜਦੇ ਫਿਰੀਏ ਬਾਹਰ ਜਾ ਜਾ ਅੰਦਰ ਆ ਇੱਧਰ ਆ ਜਾ ਮੇਰੇ ਬੁੱਤ ਇੱਧਰ ਆ ਜਾ ਲੈ ਜ਼ਿਆਦਾ ਹੀ ਚਾਹ ਕਰ ਦਿੰਦੇ ਇੱਧਰ ਆ ਇੱਧਰ ਆ ਇੱਧਰ ਆ ਇੱਧਰ ਆ ਇਹ ਮੇਲਾ ਇਹਨੂੰ ਕੀ ਹੱਥ ਟੱਪਣ ਜਿਹੜੀ ਹਨਾ ਆ ਜਾ ਫਰਕ ਪੈ ਜਾਂਦਾ ਸਰਸ ਕਰਾਉਣੀ ਪੈਂਦੀ ਆਪਾਂ ਕਰਾਈ ਨਹੀਂ ਜਦੋਂ ਗਰਮੀ 'ਚ ਸ਼ੁਰੂ ਹੋਈ ਆ ਆਪਾਂ ਕਰਾਈ ਨਹੀਂ ਓਕੇ ਹੋ ਗਿਆ ਹੁਣ ਤਾਂ ਲੈ ਵੀ ਮਿੱਤਰਾ ਆ ਜਾਓ ਕੋਲਡ ਕੋਫੀ ਦਾ ਜਿਹੜਾ ਸ਼ੌਕੀਨ ਹੈ ਅਸੀਂ ਤਾਂ ਜਦੋਂ ਮਰਜ਼ੀ ਡੈ ਪੀਦਾ ਕੋਈ ਦਿਨ ਨਹੀਂ ਕੋਈ ਰਾਤ ਨਹੀਂ ਇਹ ਕਿ ਜਿੰਮ ਦੇ ਵਿੱਚ ਜ਼ੋਰ ਜ਼ਰ ਚੰਗਾ ਮਾਰ ਲਈਦਾ
ਚੀਜ਼ਾਂ ਪਚਾ ਪਿਓ ਲਈ ਦੀਆਂ ਇਹੋ ਜ਼ਿੰਦਗੀ ਆ ਖਾਓ ਪੀਓ ਘੁੰਮੋ ਫਿਰੋ ਹੈ ਨਾ ਜੋ ਦਿਲ ਕਰਦਾ ਕਰੋ ਪਰ ਕਿਸੇ ਦਾ ਮਾੜਾ ਨਾ ਕਰੋ ਕਿਸੇ ਦਾ ਮਾੜਾ ਨਾ ਸੋਚੋ ਇਹੋ ਜ਼ਿੰਦਗੀ ਆ ਚੰਗਾ ਵੀ ਮਿੱਤਰੋ ਮਿਲਦੇ ਹਾਂ ਕੱਲ੍ਹ ਨਵੇਂ ਵਲੋਗ ਦੇ ਨਾਲ ਜਾਂਦੇ ਜਾਂਦੇ ਘੈਂਟ ਜਿਹਾ ਕਮੈਂਟ ਕਰ ਦਿਓ ਵਲੋਗ ਤੁਸੀਂ ਵੇਖ ਲਿਆਉਣਾ ਹੈ ਅਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਠੀਕ ਆ ਅਤੇ ਹੋਰ ਕੁਛ ਹੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਸਵੇਰੇ ਨਵੀਂ ਸਤਿ ਸ਼੍ਰੀ ਅਕਾਲ ਦੇ ਨਾਲ ਬਾਏ ਬਾਏ।